ਮੈਨੂੰ ਹੋਣਾ ਆਇਆ ਬੰਨੂ ਪਰਸ ਇਦਾਂ ਸ਼ੂਟ ਆ ਬਈ ਕੱਲ ਸਿੱਧੂ ਬਈ ਦਾ ਸਿੱਧੂ ਨੂੰ ਤਾਂ ਗੱਲ ਹੀ ਨਹੀਂ ਪਤਾ ਸਿੱਧੂ ਬਈ ਨੂੰ ਪਤਾ ਹੁੰਦੀ ਇਹ ਗੱਲ ਤਾਂ ਉਹਨੇ ਸਾਡਾ ਹੱਲ ਇੱਕ ਮਿੰਟ ਚ ਕਰੀ ਕੁੜੀ ਵਾਲਾ ਸੀਨ ਜਿੱਦੇ ਬਾਹਾਂ ਹੀ ਫੜਦਾ ਤੂੰ ਬਹੁਤ ਔਖਾ ਕਰਾਇਆ ਪਰ ਸਾਨੂੰ ਨਹੀਂ ਪਤਾ ਸੀ ਇਹ ਐਡ ਲੈਵਲ ਤੇ ਐਡਾ ਸਿਸਟਮ ਹੋ ਜਾਊਗਾ ਜੀ ਬੈਂਗਲ ਸੀ ਵਾਈਟ ਕਲਰ ਇੱਕ ਸਕੋਰਪੀਓ ਸੀ 8-10 ਮੁੰਡੇ ਸੀ ਇਸ ਸਕੋਰਟੀ ਜਦੋਂ ਡਾਇਰੈਕਟਰ ਗਏ ਫੋਰਚੂਨਰ ਦੇ ਉਹਦੇ ਗੱਡੀ ਲੱਗ ਗਈ ਖੇਤਾਂ ਉੱਥੇ ਭਾਲੀ ਜਾਣ ਕਿ ਸਿੱਧੂ ਕੌਣ ਹੈ ਸਿੱਧੂ ਸਾਹਮਣੇ ਬੈਠਾ ਅੰਬ ਚਾਪ-ਪੰਜ ਰੋਟੀਆਂ ਰੱਖੀਆਂ ਇੱਦਾਂ ਤੇ ਅੰਬ ਦੀ ਫਾੜੀ ਰੱਖੀ ਇੱਧਰ ਨਸੀ ਦਾ ਕੋਲਾ ਕਹਿੰਦੇ ਯਾਰ ਇਹ ਬੰਦਾ ਕਰੂਗਾ ਮੂਵੀ ਯਾਰ ਕੋਈ ਬੰਦਾ ਲੱਗ ਨਹੀਂ ਰਿਹਾ ਸਿੱਧੂ ਇਹ ਕਹਿੰਦਾ ਯਾਰ ਇਹੀ ਹੈ ਸਿੱਧੂ ਭਾਰੇ ਮਿੱਟੀ ਨਾਲ ਜੁੜੇ ਨਾ ਨਹੀਂ ਮੁਸ਼ਕਲ ਆ ਕਹਿੰਦੇ ਲੱਗਦਾ ਜਦੋਂ ਇਹ ਆ ਰਿਹਾ ਸੀ ਪਹਿਲੀ ਵਾਰ ਆ ਰਿਹਾ ਸੀ ਨਾ ਇੱਥੇ ਪੰਜਾਬ ਆ ਰਿਹਾ ਸੀ ਤਾਂ ਆਉਂਦੇ-ਆਉਂਦੇ ਬੁੱਕ 19 ਸ਼ੋਕ ਹੋ ਗਈ ਸੀ ਉਹਦੀ ਤੇ ਇਹ ਕਲਾਕਾਰਾਂ ਨੂੰ ਪਤਾ ਲੱਗ ਗਿਆ ਸੀ ਕਿ 19 ਸ਼ੋਕ ਹੋ ਗਿਆ ਯਾਰ ਵੀ ਸਾਡਾ ਕੰਮ ਕੋ ਕੇ ਲੈਣਾ ਨਹੀਂ ਸ਼ੋਕ ਹੋਮ ਲੈਂਡ ਤੇ ਫੋਨ ਕੀਤਾ ਕਿਸੇ ਨੇ ਕਹਿੰਦਾ ਬਾਈ ਉੱਪਰ ਆ ਜਾਓ ਉਹ ਕਹਿੰਦਾ ਬਾਈ ਉੱਪਰ ਨਹੀਂ ਤੁਸੀਂ ਥੱਲੇ ਆ ਜਾਓ ਮਨਣਾ ਨਹੀਂ ਬਾਈ ਤੁਸੀਂ ਨਾਰਮਲ ਚਿੱਟਾ ਘੁੱਟਦਾ ਹੈ ਪਰ ਮੁੱਕਾ ਜਿਵੇਂ ਆਪਾਂ ਮਿੱਟੀ ਨਹੀਂ ਉੜ ਦਿੰਦੀ ਏਡੀ ਜਿਹਾ ਬੱਗ ਜਿਵੇਂ ਥੱਕਿਆ ਨਹੀਂ ਦਿੰਦਾ ਆਵੇਂ ਸੀਗਾ ਤੇ ਆਏ ਪਰ ਨਾ ਰੋਏ ਡੇਖਾ ਖੜਾ ਜਿਵੇਂ ਪਰ ਇੱਥੇ ਜਾਏ ਖੜ ਜਾਣਾ ਨਾ ਆਇਆ ਕੁੜਾ ਭਰੋ ਸਾਡਾ ਬੰਦਾ ਵੀ ਪੁਰਾ ਉਹਨੇ ਫੋਨ ਕੀਤਾ ਉੱਪਰ ਫਾਇਮ ਲੈਂਡ 'ਚ ਪੱਬੂ ਮਾਨ ਵੀ ਇੱਕ ਬਹੁਤ ਵਧੀਆ ਆਰਟਿਸਟ ਹੈ ਪਰ ਸਮੇਂ ਦੇ ਹਿਸਾਬ ਨਾਲ ਸਭ ਬਦਲੇ ਜਾਂਦਾ ਹੈ ਇਹ ਗਾਣਾ ਉਹਨਾਂ ਸੀਗਾ ਕੈਪਟਨ ਨਾ ਤੂ ਚੱਲ ਰਿਆਂ ਨਾਲ ਉਹ ਗਾਣਾ ਸਿੱਧੂ ਬਈ ਦਾ ਕੈਂਪੀ ਨੂੰ ਦੇਣ ਲੱਗਿਆ ਸੀ ਕੈਂਪੀ ਰਾਜਪੂਰੀ ਇਹ ਗਾਣ ਬਈ ਇਹ ਤੁਹਾਡਾ ਗਾਣਾ ਤੇ ਤੁਹਾਡੇ ਦੀ ਜਾਇਦਾਦ ਆ ਨਾ ਥਪਰਾ ਦੇ ਨਾਲ ਖਹਿਣਾ ਬਲਿਆ ਵੱਡਿਆ ਜਾਵੇਂਗਾ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਰਿਹਾ। ਸਤਿ ਸ਼੍ਰੀ ਅਕਾਲ ਸੁਖ ਵੈਲਯੂ ਦਾ ਤੇ ਸਾਡਾ ਭਰਾ ਨਾਲ ਮੇਰੇ लवली ਕੁਲਵਾਨ ਸਾਡਾ ਭਰਾ ਨਾਲ ਆਏ ਹੋਏ ਹਾਂ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਅੱਗੇ ਵੀ ਤੇ ਵੀਰੇ ਤੁਸੀਂ ਸਭ ਤੋਂ ਪਹਿਲਾਂ ਇਹ ਹੀ ਦੱਸੋ ਕਿ ਵੀ ਆਡੀਅנס ਵੇਖਣ ਵਾਲੀ ਹੈ ਤੇ ਸਿੰਧੂ ਬਾਈ ਨੂੰ ਸਾਰੇ ਪਿਆਰ ਕਰਦੇ ਹਨ ਤੇ ਤੁਸੀਂ ਬਾਈ ਦੇ ਨਾਲ ਕਿੰਨੇ ਗਾਣੇ ਕੀਤੇ ਨੇ? ਅਸੀਂ ਸਭ ਤੋਂ ਪਹਿਲਾਂ ਧੱਕਾ ਗਾਣਾ ਕੀਤਾ ਸੀ। ਓਕੇ ਬਹੁਤ ਪਿਆਰ ਮਿਲਿਆ ਗਾਣਾ ਬਹੁਤ ਚੱਲਿਆ ਤੇ ਅਸੀਂ ਇੰਡੋ ਗਲੋਬਲ ਚ ਕੀਤਾ ਹੈ ਆਪਾਂ ਹੌਲੇ ਹੌਲੇ ਸਾਰੀਆਂ ਗੱਲਾਂ ਕਵਰ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਹੋਰ ਵੀ ਤੁਸੀਂ ਬਾਕੀ ਸਿੰਗਰਾਂ ਨਾਲ ਵੀ ਕਰਦੇ ਰਹਿੰਦੇ ਰਹੇ ਹੋ ਕੰਮ ਮੈਂ ਅੱਜ ਤਾਂ ਇਹ ਸਭ ਤੋਂ ਪਹਿਲਾਂ ਕੀਤਾ ਸੀ ਆਰਨੇਦ ਓਕੇ ਮੈਨੂੰ ਪਹਿਲਾਂ ਗੁਰਲੇ ਜਫਰਨਾ ਸੀ ਸੰਗ ਉਹ ਕੀਤਾ ਸੀ ਕਾਫੀ ਗਾਨ ਖਾਣ ਪੀਣੀਆਂ ਨਾਲ ਕੀਤਾ ਸੀ ਅੱਛਾ ਆਪਾਂ ਵੀ ਆਏ ਵੀਰੇ ਕਰਨ ਵਾਲੇ ਲਈ ਭਾਈ ਕਰਨ ਵਾਲੇ ਲਈ ਬਾਈ ਦਾ ਵੀ ਕੀਤਾ ਆਪਣਾ ਜਿਹੜਾ ਫੈਕਟ ਗਾਣਾ ਸੀ ਉਹ ਕਰਿਆ ਸੀ ਅਸੀਂ ਪਟਿਆਲੇ ਓਕੇ ਆਪਣਾ ਮੁਬਾਰਕ ਕਿਲਾ ਮੈਨੂੰ ਹੁਣ ਆਇਰਾ ਆਪਣ ਨੂੰ ਕਿ ਪਰਸ ਇਦਾਂ ਸ਼ੂਟ ਆ ਬਈ ਕੱਲ ਸਤੂ ਬਈ ਦਾ ਤੇ ਦੋ ਜਗ੍ਹਾ ਦੇ ਲੋਕੇਸ਼ਨ ਆ ਇੱਕ ਯੂਨੀਵਰਸਿਟੀ ਚ ਹੋਇਆ ਇਸ ਕਰਨ ਲੱਗਾ ਕਹਿੰਦਾ ਐਂਡੋਗਲੋ ਸ਼ੂਟ ਹੈ ਤੇ ਕੁੜੀਆਂ ਮੁੰਡੇ ਚਾਹੀਦੀ ਐ ਮਗਾ ਚਾਹਾਂ ਮੈਂ ਪਤਾ ਕਰਦਾ ਮੁੰਡੇ ਕੁੜੀਆਂ ਮੈਂ ਕਰਨੇ ਕਰਕੇ ਮੈਂ ਫੋਨ ਕੀਤਾ ਮੈਂ ਫੋਟੋ ਮੈਂ ਭੇਜੀਆਂ ਵੇਖ ਕੇ ਸੈਲੈਕਟ ਹੋ ਗਿਆ ਸਭ ਕੁਝ ਤਾਂ ਨਾ ਤੇ ਸ਼ੂਟ ਦਾ ਥੋੜਾ ਟਾਈਮ ਸੀਗਾ ਸਵੇਰ 11:00 ਵਜੇ ਨਹੀਂ ਸ਼ੂਟ ਤੇ ਸਵੇਰ 4-5 ਵਜੇ ਨਿਕਲ ਜਣੇ ਅੱਛਾ ਅੱਛਾ ਤੇ ਉਹ ਸ਼ੂਟ ਸੀ 11:00 ਵਜੇ ਕਿ ਮਨ ਕੇ ਪ੍ਰੇ ਫਸਟ ਵਗੈਰਾ ਉਹਦਾ ਕਰਕੇ ਜਾਓ ਸਾਨੂੰ ਕਿਹਾ ਵੀ ਗਿਆ ਸੀ ਤੇ ਕਰਕੇ ਤੇ ਕਈ ਹੋ ਨਹੀਂ ਸਵੇਰ ਸਵੇਰ ਬਣੇ ਅਸੀਂ ਚੱਲ ਗਏ ਮ ਤੇ ਉੱਥੇ ਪਹੁੰਚੇ ਤਾਂ ਸ਼ੂਟ ਚੱਲ ਰਿਹਾ ਚੱਲ ਪਿਆ ਸਟਾਰਟ ਹੋ ਗਿਆ ਤੇ ਭੁੱਖ ਲੱਗੀ ਮੇਰੇ ਬੰਦੇਆਂ ਨੂੰ ਤੈਨੂੰ ਕਹਦਾ ਆਪਾਂ ਪਿੰਡ ਤੋਂ ਬਲੌਂਗ ਕਰਦੇ ਆ ਆਪਣੀ ਸੋਚ ਦੇ ਉਹ ਕੱਕ ਇਹ ਤਾਂ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਤੇ ਉਹ ਜਦੋਂ ਉੱਥੇ ਹੋਣ ਲੱਗੇ ਸਿਸਟਮ ਤੇ ਮੁੰਡੇ ਕੁੜੀਆਂ ਮੇਰੇ ਨਾਲ ਸੀ ਉਹ ਕਹਿੰਦੇ ਭੁੱਖ ਲੱਗੀ ਐ ਮੈਂ ਕਹਾ ਕੋਈ ਗੱਲ ਨਹੀਂ ਮਿਲੂਗਾ ਸਭ ਕੁਝ ਮਿਲੂਗਾ ਸਿੱਧੂੰ ਤਾਂ ਇਹ ਗੱਲ ਹੀ ਨਹੀਂ ਪਤਾ ਸਿੱਧੂ ਬਾਈ ਨੂੰ ਪਤਾ ਹੁੰਦੀ ਐ ਇਹ ਗੱਲ ਤਾਂ ਉਹਨੇ ਸਾਡਾ ਹੱਲ ਇੱਕ ਮਿੰਟ ਜਗਰ ਆ ਹਾਂ ਬਿਲਕੁਲ ਕਿਲਾ ਵੀ on the ਖਾਨ पे ਕੋਸ਼ ਵੀ ਕਰਦੇ ਨੇ ਟਰੈਕਟਰ ਨੂੰ ਉਹ ਕੋਈ ਗਣੇਸ਼ ਜੀ ਦਾ ਉਹ ਕਰਦੇ ਨਾ ਨਾਰੀ ਹਾਂਜੀ ਹਾਂਜੀ ਤੇ ਉਹ ਕਰਨਾ ਹੀ ਤੇ ਲੰਡੂ ਪਏ ਸੀ ਮੋਤੀ ਚੂਰਦੇ ਅੱਛਾ ਅੱਛਾ ਉਹ ਹਜੇ ਗਣੇਸ਼ ਜੀ ਦੇ ਕਰਨੇ ਸੀ ਅੱਛਾ ਤੇ ਬੀਸੀ ਸੀਗਾ ਥੋੜਾ ਸ਼ੂਟ ਲੇਟ ਹੋ ਜਾਂਦਾ ਸੀ ਤੇ ਮੇਰੇ ਬੰਦੇ ਕਹਿੰਦੇ ਯਾਰ ਭੁੱਖ ਲੱਗੀ ਐ ਮੈਂ ਕਹਾ 10 ਸਰ ਗੁੱਗਰ ਟੂ ਐਕਚੁਅਲੀ ਕੀ ਬਣਾ ਤੇ ਮੈਂ ਗਿਆ ਉਥੇ ਮੈਂ ਜਾ ਕੇ ਲੜੂ ਵਾਲੀ ਕਿਨੇ ਅੱਛਾ ਮੈਂ ਕਹਾਂ ਨਾ ਨਾ ਦੇ ਹੱਸੇ ਦਾ ਤੇ ਮੈਂ ਕਿ ਮੈਂ ਚੱਕ ਕੇ ਲਿਆਣਾ ਅਸੀਂ ਚੱਕ ਕੇ ਖਾ ਕੁ ਗੇ ਡੱਬਾ ਸਪਾਈ ਕਰਕੇ ਜਵਾਨ ਟਨ ਕਰਕੇ ਆ ਪਤਾ ਲੱਗੀ ਅੱਛਾ ਉਹ ਹੋਣ ਤੋਂ ਪਹਿਲਾਂ ਜਦੋਂ ਆਰਤੀ ਵਗੈਰਾ ਕਰਦੇ ਉਸ ਤੋਂ ਪਹਿਲਾਂ ਅੱਛਾ ਚਲੋ ਉਹ ਕਹਿੰਦੇ ਚਲੋ ਕੋਨੀ ਦਾ ਖਾ ਕੁਲੇ ਮਾੜਾ ਮੜਾ ਠਹਿਟ ਨੂੰ ਸ਼ਾਂਤੀ ਮਿਲੀ ਔਰ ਚੰਗਾ ਲੱਗਿਆ ਉਹ ਡਾਇਰੈਕਟਰ ਆਇਆ ਕਹਿੰਦੇ ਚਲੋ ਸਟਾਰਟ ਕਰੋ ਸਿੱਧੂ ਭਾਈ ਇੰਦਰ ਪਿੱਛੇ ਬੈਕ ਸਾਈਡ ਸੀਗੇ ਗਰਾਊਂਡ 'ਚ ਉਹ ਕਹਿੰਦੇ ਉਹ ਲੜਨ ਲੱਗੇ ਦਮਾਖਰਾ ਉਹ ਗਿਆ ਨਾ ਤਾਂ ਕਹਿੰਦੇ ਇਦਾਂ ਦਾ ਕੀ ਹੈ ਇਹ ਲੱਡੂ ਆ ਕੇ ਤੁਸੀਂ ਐ ਮੱਥਾ ਮਿੰਡਿਆ ਅੱਛਾ ਤੇ ਸੱਤ ਨੂੰ ਪਤਾ ਲੱਗਿਆ ਬਾਈ ਨੂੰ ਕਿਹਨਾਂ ਰੋਲਾ ਪੈ ਰਿਆ ਤੇ ਜਦੋਂ ਰੋਲਾ ਪੈਣ ਲੱਗ ਗਿਆ ਉੱਥੇ ਆ ਗਿਆ ਕਿ ਕੀ ਚੱਕਰ ਬਣ ਗਿਆ ਕਹਿੰਦਾ ਜੀ ਇਦਾਂ ਦਾ ਲੱਡੂ ਆਪਾਂ ਲੈ ਡੋਰੇਸ਼ ਕਹਿੰਦਾ ਕੋਈ ਗੱਲ ਨਹੀਂ ਯਾਰ ਫਿਰ ਕੀ ਖਾ ਲਿਆ ਹਾਂ ਰੱਬ ਦਾ ਰੱਬ ਵੀ ਆਪਣੇ ਆ ਰੱਬ ਦੇ ਬੱਚੇ ਆ ਪਰ ਆਪ ਨਾਲ ਆਪਣੇ ਹਾਂ ਬਿਲਕੁਲ ਪਰਮਾਤਮਾ ਉਹ ਐ ਲੱਡੂ ਲੱਡੂ ਨਾ ਕੋਸ਼ਣ ਦਾ ਪੋਣੇ ਖਵਾ ਕੇ ਸੰਗ ਕਿਹਾਗਾ ਬੜਾ ਹੋਰ ਮਗਾਲੋ ਪਰ ਨੇਟ ਹੋ ਜਾ ਕੋਈ ਗੱਲ ਨਹੀਂ ਅੱਛਾ ਫਿਰ ਉਹ ਡਾਇਰੈਕਟਰ ਕਹਿੰਦਾ ਅੱਜ ਚ ਸ਼ੂਟ ਕਰਨਾ ਹਾਂ ਹਾਂ ਫਿਰ ਉਹਨੇ ਕਹਿੰਦਾ ਕੋਈ ਗੱਲ ਨਹੀਂ ਚਟਾਕੁਰਤਾ ਮੈਂ ਪਾਇਆ ਸੀ ਉਸ ਟਾਈਮ ਅੱਛਾ ਉਹ ਫੋਟੋ ਮੈਂ ਫੋਨ 'ਚ ਹਾਂ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਲੇਟ ਹੋ ਗਏ ਇੱਕ ਦਿਨ ਹੋਰ ਕਰ ਲਾਂਗੇ ਉਹ ਕਹਿੰਦਾ ਆਪਣੇ ਕੋਲ ਟਾਈਮ ਨਹੀਂ ਉਹ ਕਹਿੰਦਾ ਟਾਈਮ ਨਾ ਆਪਾਂ ਕਿਹੜਾ ਕਰਨਾ ਕੋਈ ਹੈ ਨਾ ਹਾਂ ਸਿੱਧੂ ਬਾਈ ਕਹਿੰਦਾ ਸੀ ਇਹ ਹਾਂ ਉਹ ਉਹ ਟਰੈਕਟਰ ਬੋਲਦੇ ਕਹਿੰਦੇ ਰਹਿਣ ਸਹਿਣ ਦਾ ਪ੍ਰਬੰਧ ਕਾਲਜ ਦਾ ਕੰਮ ਹੈ ਕੱਲ ਕਾਲ ਦੇ ਕਹਿੰਦਾ ਕੋਈ ਗੱਲ ਨਹੀਂ ਇੱਥੇ ਪਾਰਕ 'ਚ ਦਰੀ ਵੀ ਸ਼ਾ ਕੇ ਸਤਾਗੇ ਹਾਂ ਆਪਾਂ ਕਿਹੜਾ ਕੋਈ ਉਹ 5 ਸਟਾਰ ਹੋਟਲ ਜਾਂ ਮਹਿਲਾਂ ਜਾਂ ਬਿਲਕੁਲ ਬਿਲਕੁਲ ਸਹੀ ਕੋਈ ਗੱਲ ਨਹੀਂ ਆਪਾਂ ਨਾਰਮਲ ਇੱਥੇ ਸੌਂ ਜਾ ਕੋਈ ਗੱ ਬੱਤੇ ਤੇ ਗਾਣਾ ਇਹਦਾ اچھا 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 ਕੋਈ ਵੀ ਗਾਣਾ ਕਰਦਾ ਸੀ ਸਭ ਤੋਂ ਉੱਤੇ ਸੀ ਬਜਟ ਨਾ ਨੋਰਮਲ ਕਲਾਕਾਰ ਬਹੁਤ ਘੱਟ ਵਧੀਲੇ ਲੈਵਲ 'ਚ ਕਰਦੇ ਆ ਪਰ ਉਹਦਾ ਖਰਚਾ ਫੁੱਲ ਸੀ ਖਾਣ ਪੀਣ ਵੱਲੋਂ ਕੋਈ ਚੱਕਰ ਨਹੀਂ ਕੋਈ ਗਾਣੇ ਦੀ ਪੇਮੈਂਟ ਸਭ ਕਲੀਅਰ ਕਰਦਾ ਸੀ ਔਰ ਫਿਰ ਸਾਡੇ ਨਾਲ ਫੋਟੋ ਕੱਟਮੈਂਟ ਕੀਤੀਆਂ ਕਈ ਬੰਦੇ ਨਾਲ ਸਾਡੇ ਨਾਲ ਉਸ ਟਾਈਮ ਤਾਂ ਕਰਕੇ ਕਹਾਣੀ ਬਣ ਗਈ ਬਹੁਤ ਹੱਸੇ ਅਸੀਂ ਉਸ ਟਾਈਮ ਸਪான்ਸਰ ਵੀ ਸੀ ਉਹਦੇ ਨਾਲ ਪਰ ਉਹ ਨੋਰਮਲੀ ਇੱਦਾਂ ਹੀ ਕਾਲਜ 'ਚ ਪਾਰ ਕੋਲ ਬੈਗੇ ਉੱਥੇ ਬੈਗੇ ਹਾਂ ਸਹੀ ਗੱਲ ਹਾਂ ਸਾਡੇ ਆਰਟਿਸਟ ਹੁੰਦੇ ਨੇ ਅੱਜ ਗੱਲ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਹੈ ਬੈਂਡੀਓ ਵਗੈਰਾ ਥੱਲੇ ਉੱਪਰ ਉੱਤਰਦੇ ਨਹੀਂ ਸਹੀ ਗੱਲ ਹੁੰਦਾ ਹਾਂ ਦੋ ਆਂਦਾ ਹੈ ਤੇ ਆ ਖੜੇਵੇਂ ਅਸੀਂ ਕੀਣਾ ਕੀਤਾ ਸੀਗਾ ਹਾਂ ਆ ਸਿੱਧੂ ਚਿੱਟਾ ਕੁੱਟਦਾ ਹੈ ਬਾਈ ਦੇ ਅਸੀਂ ਇਹ ਫੋਟੋਆਂ ਕੀਤੀਆਂ ਸੀ ਉਸ ਟਾਈਮ ਨਾਲ ਫੋਟੋ ਕੀਤੀ ਉਹਨੇ ਕੋਈ ਉਹ ਨਹੀਂ ਕੋਈ ਬੌਂਸਰ ਨਾਲ ਧੱਕਾ ਨਹੀਂ ਕੀਤਾ ਸੀ ਇਹਨੇ ਸਾਈਡ ਤੇ ਆਪਣੇ ਹਾਂ ਹਾਂ ਨਾਰਮਲ ਜਿਵੇਂ ਡੋਨਟ ਟੂ ਅਰ ਸੇਲ ਬੰਦਾ ਵਾਕਈ ਅਸੀਂ ਹਰੇਕ ਆਰਟਿਸਟ ਨਾਲ ਕੰਮ ਕੀਤਾ ਹੋਇਆ ਹਰੇਕ ਆਰਟਿਸਟ ਨਾਲ ਪਰ ਸਾਨੂੰ ਹੋਰ ਆਟਾ ਆਰਟਿਸਟਾਂ ਨਾਲ ਜਿਹੜੇ ਮਿਲ ਕੇ ਜਦੋਂ ਧੱਕੇ ਧੱਕੇ ਮਾਰਦੇ ਤੈਨੂੰ ਪਤਾ ਨਾਰਮਲ ਸਪਾਂਸਰ ਧੱਕੇ ਮਾਰਦੇ ਐ ਸਕਾਉਟ ਹੀ ਹੁੰਦੀ ਐ ਪੁਲਿਸ ਹੁੰਦੀ ਉਹਨਾਂ ਨਾਲ ਬੀਬੀ ਬੱਚੀ ਬੱਚੀ ਪਰ ਇਹ ਗਲਤ ਕਰਨਾ ਯਾਰੋ ਆਪਣੇ ਆਪਣੇ ਲੋਕਾਂ ਕਰਕੇ ਉਹ ਬਣ ਕੇ ਉਹਨਾਂ ਨੂੰ ਭੁੱਲਦੇ ਆ ਫਿਰ ਗਲਤ ਸਹੀ ਕਰਦੇ ਔਰ ਇਹ ਕਾਰਟੇਸਟ ਦੀ ਇੱਦੇ ਕਰ ਗਏ ਸਿੱਧੂ ਹਰੇਕ ਨੂੰ ਪਿਆਰ ਕਰਨਾ ਉਹਨੇ ਮਿਲਣਾ ਕਰਨਾ ਗੋਲਾ ਗੱਡੀ ਨੂੰ ਹੀ ਜਿਵੇਂ ਪਿੰਡ ਦੇ ਕੰਦ ਹਾਂ ਜਿਵੇਂ ਆਪਾਂ ਓਏ ਇੱਧਰ ਆ ਜਾ ਆ ਕੀ ਆ ਆ ਕੀ ਸੌਂ ਹੀ ਜਾਂਦਾ ਫਿਰ ਉਹ ਆ ਦੇ ਕਾ ਛੋਟਾ ਜਾਂ ਟੈਕਸੀ ਉਹ ਕੁੜੀ ਨਾਲ ਸੀ ਜਿਹਦੇ ਬਾਹਾਂ ਹੀ ਫੜਦਾ ਤੂੰ ਬਹੁਤ ਔਖਾ ਕਰਾਇਆ अच्छा क्योंकि ਕੁੜੀ ਵਾਲੇ ਸੀਨ ਕਰਨਾਂ ਨੇ ਚੋਂ ਤਾਂ ਨਹੀਂ ਹੁੰਉਂਦੇ ਸੀ ਹਾਂ ਹਾਂ ਬਾਈ ਨੇ ਕਿਹਾ ਵੀ ਸੇਮੇ ਕੁੜੀਆਂ ਘਾਟੇ ਹੁੰਦੀਆਂ ਮੇਰੇ ਗਾਣੇ ਚ ਇਸ਼ਾ ਸ਼ਰਮਾ ਸੀ ਉਹ ਚ ਗਾਣੇ ਚ ਮਾਰ ਦਿੱਤੇ ਗਾਣਾ ਉਹਨੇ ਗਾਇਆ ਸੀ ਨਾਲ ਇਹਦੇ ਅਫਸਾਨਾ ਗਾਣ ਅਫਸਾਨਾ ਹਾਂਜੀ ਉਹ ਮੇਰੇ ਨਾਲ ਦੇ ਪਿੰਡ ਤੋਂ ਹੀ ਅਫਸਾਨਾ ਅੱਛਾ ਤੁਹਾਡੇ ਪਿੰਡ ਵਧੀਆ ਬਹੁਤ ਸੋਹਣਾ ਗਾਣਾ ਬਹੁਤ ਚੱਲਿਆ ਬਹੁਤ ਵਧੀਆ ਨੈਚਰ ਸੀ ਉਦੋਂ ਪਤਾ ਲੱਗਿਆ ਕਿ ਸਾਨੂੰ ਵਾਕਿਆ ਯਾਰ ਸਾਡੀ ਵੀ ਕਦਰ ਪੈਂਦੀ ਹੈ ਹਣਾ ਬਿਲਕੁਲ ਬਿਲਕੁਲ ਸਹੀ ਆਰਟਿਸਟ ਨਾਲ ਆਰਟਿਸਟ ਨੂੰ ਸਾਨੂੰ ਲੋੜ ਸੀ ਨਹੀਂ ਤਾਂ ਉਹੀ ਹੋਰ ਕਲਾਕਾਰ ਜਾਂ ਹੋਰ ਸਿੰਗਰਾਂ ਕੰਮ ਕਰਨ ਦਾ ਨਾ ਐਂ ਲੱਗਦਾ ਕਿ ਜੀਵ ਜਾਏ ਆ ਸਿੰਗਰ ਦੇ ਜਿਹੜੇ ਨਾਲ ਉਹਦੇ ਉਹ ਵੀ ਹੋਰ ਹਿਸਾਬ ਨਾਲ ਬੋਲਦੇ ਆ ਇਹਦੇ ਨਾਲ ਬੰਦੇ ਤੇ ਵੀ ਪਿਆਰ ਨਾਲ ਹੁਣ ਆ ਦੇ ਲੈਵਲ ਦੇ ਨਾਲ ਨਾਲ ਹੀ ਰੱਖਿਆ ਸਾਰਾ ਹਾਂ ਉਦੋਂ ਫਿਰ ਤੁਹਾਨੂੰ ਵੀ ਇਦਾਂ ਲੱਗਿਆ ਹੋਣਾ ਕਿ ਇਹ ਸਾਡਾ ਹੀ ਆਪਦਾ ਹੀ ਗਾਣਾ ਬਣ ਰਿਹਾ ਪਰ ਸਾਨੂੰ ਨਹੀਂ ਪਤਾ ਸੀ ਇਹ ਐਡੇ ਲੈਵਲ ਤੇ ਐਡਾ ਸਿਸਟਮ ਹੋ ਜਾਊਗਾ ਪਰ ਉਹ ਗਾਣਾ ੱੱਕਾ ਇੰਨਾ ਚੱਲਿਆਣਾ ਬਾਈ ਰਿਕਾਰਡ ਤੋੜਦੇ ਹੁਣ ਉਸ ਟਾਈਮ ਵੱਡੇ ਸੀ ਇਹਦਾ ਇਹਦੇ ਨਾਲ ਉਹ ਸੀ ਵੀਡੀਓ ਕੁਆਲਿਟੀ ਵੈਸੇ ਸਾਡੇ ਪਠੰਡੇ ਦੇ ਆਰਟਿਸਟ ਅਮਰਤ ਮਾਨ ਅੱਛਾ ਜੀ ਹਾਂਜੀ ਹਾਂਜੀ ਸਾਂਝੀ ਹਾਂਜੀ ਬੰਬੀਆ ਉਹ ਲੈ ਗਣੇ ਅਸੀਂ ਹੈਨਾ ਉਦੋਂ ਇਹ ਗੱਲ ਵੀ ਕਰ ਰਹੇ ਸੀ ਤੇ ਲੋਕਾਂ ਨੂੰ ਬੱਬਾ ਕੇਕਾਂ ਨਾਲ ਬੱਬਾ ਕੇਕਾਂ ਨਾਲ ਬੱਬਾ ਹਾਂ ਲਾਈਵ ਆਏ ਸੀ ਗਾਣਾ ਉਹ ਚੱਲਿਆ ਨਹੀਂ ਐ ਇੱਕ ਬਰਥਡੇ ਆ ਗਿਆ ਲੋਕ ਹੀ ਪਹੁੰਚ ਰਹੇ ਖੇਤ ਚ ਕੰਮ ਕਰ ਰਹੇ ਆ ਹਾਂ ਲੋਕ ਉੱਥੇ ਪਹੁੰਚ ਰਹੇ ਕੇਕਾਂ ਲਊ ਕਹਿਣ ਲੱਗੇ ਲੋਕ ਮੈਨੂੰ ਵੀ ਸਿੱਧੂ ਮਸੇਵਾਲ ਦੀ ਜਗ੍ਹਾ ਤੇ ਕੇਕਾਂ ਨਾਲ ਪਾਪਾ ਨਾਲ ਆ ਮੁੱਲਾ ਪੂਰੇ ਪਿੰਡ ਤੋਂ ਆਏ ਸੀ ਕੋਈ ਦੋ ਜਣੇ ਸੀ ਬੱਚੇ ਸੀ ਛੋਟੇ ਛੋਟੇ ਅੱਛਾ ਕਿ ਚੁੱਕੀ ਚੌਪੜੀ ਵਾਲੇ ਸੀ ਉਹ ਸਾਰੇ ਆਰਟਿਸਟ ਆ ਡਸਟਾਰਡ ਹੋ ਕੇ ਸਾਰੇ ਉਹਨਾਂ ਨਾਲ ਹੀ ਫੋਟੋ ਕਰਾ ਗਏ ਉਹ ਸਾਈਡ 'ਚ ਖੜੇ ਸੀ ਕਿਚਾ ਅੱਛਾ ਅੱਛਾ ਉਹਨਾਂ ਨਾਲ ਮਿਲ ਕੇ ਇੱਕ ਜੀਵੈਗਨ ਜੀਵੈਗਨ ਸੀ ਵਾਈਟ ਕਲਰ ਆ ਇੱਕ ਸਕੋਰਪੀਆ ਸੀ 8-10 ਮੁੰਡੇ ਸੀ ਦੇ ਸਕੋਰਟੀ ਜਿਹੜੇ ਨਾਰਮਲ ਸਕੋਰਟੀ ਸੀ ਦੇਖਣ ਨੂੰ ਤਾਂ ਤੁਸੀਂ ਦੇਖੋ ਜਾਂ ਮੈਨੂ ਆ ਲੱਗੋ ਮਗਰ ਬੰਦਾ ਪੜਾ ਖਤਰ ਮੈਂ ਆ ਗਈ ਹਸਣਾ ਨਾਲ ਦੇ ਬੰਸ ਪਰ ਉਹ ਜਿਹੇ ਹੈਲੋ ਤੁਸੀਂ ਹੈਲੋ ਦੀ ਬਾਤ ਸੁਣੋ ਇਹਨਾਂ ਤੁਸੀਂ ਕੋਈ ਯਾਰਾ ਤਾਂ ਬੰਦਾ ਹੀ ਜਮਾ ਨਾਰਮਲ ਆ ਜਮਾ ਤੇ ਉਹ ਤਾਂ ਦੇਖਦਾ ਕੁਝ ਹੋਰ ਸੀ ਅੰਦਰੋਂ ਕੁਝ ਹੋਰ ਲੋਕਾਂ ਨੇ ਕਈਆਂ ਨੇ ਜਿਹੜੇ ਵਿਰੋਧ ਕਰ ਰਹੇ ਆ ਅੱਜ ਵੀ ਵਿਰੋਧ ਕਰ ਰਹੇ ਪਹਿਲਾਂ ਵਿਰੋਧ ਕਰ ਰਹੇ ਉਹਦਾ ਦੇਖਣ ਤੁਸੀਂ ਪਛਾਣਦੇ ਸੀ ਗਾਣਿਆਂ 'ਚ ਇਹ ਤਾਂ ਬੰਦੇ ਮਾਰਦਾ ਅਸਲ ਆ ਇਹ ਉਹ ਨਾ ਪਰ ਜੇ ਬੰਦਾ ਲਾਈਵ ਹੋ ਕੇ ਸੁਣੇ ਘਰੇ ਲੋਕ ਜਾਂਦੇ ਆ ਰੋਟੀ ਮਾਣੇ ਤੋਂ ਬਗੈਰ ਚਾਹ ਪਾਣੇ ਤੋਂ ਬਗੈਰ ਨਹੀਂ ਭੇਜਦੇ ਇਹ ਬਹੁਤ ਫਿਰ ਇਹਦੇ ਆਈ ਐਮ ਸਟੂਡੈਂਟ ਜਿਹਨੇ ਡਾਇਰੈਕਟਰ ਨੇ ਮੂਵੀ ਲਿਖੀ ਉਹ ਵੀ ਕਰਨ ਗਏ ਸੀ ਇਹਦੇ ਘਰੇ ਗਏ ਸੀ ਗੱਲਰਾਂ ਉਧਰ ਗਏ ਪਾਈ ਹੋਰੀ ਨਾਲ ਐਨਵੀਐਸ ਡੈਮ ਨਾਲ ਸੀ ਹੁਣ ਵੀ ਹੁਣ ਮਿਲੇ ਕਹਿੰਦੇ ਬਈ ਮੂਵੀ ਬਣਾਉਣੀ ਐ ਤਾਂ ਮੂਵੀ ਲਿਖੀ ਜਾ ਸੀ ਜਿਹਨਾਂ ਅੰਸਾਰੇ ਟਰੈਕਟਰ ਆਏ ਬਾਰੋਂ ਆ ਇਹ ਕਹਿੰ ਪਰਾਣਾਗਾ ਉਸ ਟਾਈਮ ਹਵੇਲੀ ਪਾਈ ਜਾਂਦੀ ਸੀ ਹਾਂ ਹਾਂ ਤੇ ਗਏ ਤਾਂ ਪਿੰਡ ਬੈਠਾ ਉਹ ਕਹਿੰਦਾ ਖੇਤ ਮਿਲੂਗਾ ਬਾਈ ਸਤੂ ਸਾਨੂੰ ਹਾਂ ਫਿਰ ਉਹ ਸੋਚਣ ਲੱਗੀ ਕਹਿੰਦਾ ਯਾਰ ਪਹਿਲਾ ਟੈਸਟ ਹੈ ਜਿਹੜਾ ਖੇਤ ਮਿਲੂਗਾ ਨਹੀਂ ਤਾਂ ਇਹ ਕਹਿੰਦੇ ਹੁੰਦਾਗਾ ਭਾਈ ਚੰਡੀਗੜ੍ਹ ਜਾਓ ਉਹ ਮੀਟਿੰਗ ਤਾਂ ਉਹ ਮਿਲ ਨਹੀਂ ਸਕਦਾ ਸਾਨੂੰ ਜੇ ਉਹ ਕਰੇ ਗਏ ਰਿਸਪੈਕਟ ਕੀਤੀ ਚੰਗੀ ਚਾਹ ਪਾਣੀ ਮਾਤਾ ਸਿੱਧੇ ਮਿਲਦੇ ਆ ਮਾਤਾ ਨਹੀਂ ਸੋਚ ਨਹੀਂ ਤਾਂ ਅੱਜ ਗਾ Singer ਆਦੀਮ ਮਦਰ ਨੂੰ ਜਾਂ ਸਿਸਟਰ ਨੂੰ ਚਾਰ ਚਾਰ ਕੱਡੀਆਂ ਦੇ ਕੇ ਬੌਂਸਰ ਘਰ ਦੇ ਮੂਹਰੇ ਇੱਕ ਤੰਬੂਇਆ ਲਾਏ ਹੁੰਦੇ ਆ ਪੁਲਿਸ ਕੜੀ ਹੁੰਦੀ ਗਨ ਮੈਣ ਫੜੇ ਹੁੰਦੇ ਆ ਵੈਸੇ ਤੁਸੀਂ 10 ਮਿੰਟ ਖੜ੍ਹਜੋਗੇ ਨਾ ਤੁਹਾਨੂੰ ਸਕਿਉਰਟੀ ਗੜਗੜ ਹਾਂ ਵੀ ਕਿਹਾ ਹੋਇਆ ਹਟਾ ਦੇਣਗੇ ਪਾਸੇ ਹਟਾ ਦੇਣਗੇ ਯਾਰ ਫੈਨ ਆ ਤੇ ਸਿੱਧੂ ਨਾਲ ਨਹੀਂ ਆਇਆ ਸਿੱਧੂ ਫਿਰ ਘਰ ਤਾਂ ਵੈਸੇ ਕਰਕੇ ਯਾਰ ਉਹ ਬੰਦਾ ਆਇਆ ਕਿ ਰੇਕਾ ਕਿ ਉਹ ਕੀਤੀਆਂ ਨੇ ਫੈਨ ਫੋਟੋ ਕੀਤੀ ਸਭ ਕੁਝ ਕੀਤਾ ਪਰ ਇਹ ਚੀਜ਼ ਮਰਵਾ ਵੀ ਜਾਂਦੀ ਪਰ ਉਲਟਾ ਹੈ ਜਦੋਂ ਡਾਇਰੈਕਟਰ ਗਏ ਫੋਰਚੂਨਰ ਦੇ ਉਹ ਗੱਡੀ ਲੱਗ ਗਈ ਖੇਤ ਉੱਥੇ ਭਾਲੇ ਜਾਣ ਕਿ ਸਿੱਧੂ ਕੋਲ ਆ ਸਿੱਧੂ ਸਾਹਮਣੇ ਬੈ ਤੇ ਅੰਬ ਦੀ ਫਾੜੀ ਰੱਖੀ ਇੱਧਰ ਲੱਸੀ ਦਾ ਕੋਲਾ ਪਰਨਾ ਜਿਵੇਂ ਬਣਿਆ ਹੋਇਆ ਪਿੰਡਾਂ ਚ ਚੇਲ ਬੜੀ ਟੀਚਾ ਚ ਨਾ ਚੋ ਨਾ ਲੱਗ ਰਿਹਾ ਸ਼ਾਇਦ ਕਰ ਰਹੇ ਖੇਤ ਚ ਕਿਉਂਕਿ ਉਹ ਖੇਤ ਨੂੰ ਮਿੰਟੀ ਨੂੰ ਪਿਆਰ ਦਾ ਪਿਆਰ ਕਰਦਾ ਸੀ ਕਿੰਤਾ ਚ ਤੇ ਉਹ ਗਏ ਕਹਿੰਦੇ ਅਰੇ ਇਹ ਬੰਦਾ ਉਹ ਕਰੂਗਾ ਮੂਵੀ ਯਾਰ ਕੋਈ ਬੰਦਾ ਲੱਗ ਨਹੀਂ ਰਿਹਾ ਸਿੱਧੂ ਇਹ ਹਾਂ ਕਹਿੰਦਾ ਯਾਰ ਇਹ ਸਿੱਧੂ ਪਰ ਇਹ ਮਿੱਟੀ ਨਾਲ ਜੁੜੇਗਾ ਨਹੀਂ ਮੁਸ਼ਕਲ ਆ ਕਹਿੰਦਾ ਲੱਗਦਾ ਪਰ ਐਮ ਬਲੈਂਟੋ ਮੂਵੀ ਐਮ ਰਿਕਾਰਡ ਰਿਕਾਰਡ ਤੋਂ ਨਹੀਂ ਬਿਲਕੁਲ ਕੁਝ ਵੀ ਉਹ ਹੀ ਪਿੰਡੂ ਲੋਕ ਦਿਖਾਈ ਉਹਨੇ ਮੈਂ ਕਿਹਾ ਕੀ ਕਰ ਰਹੇ ਆ ਜਮਾ ਉਹ ਇਸ ਲਾਈਵ ਚ ਉਹ ਡਾਇਰੈਕਟਰ ਕਹਿੰਦਾ ਵਾਕਈ ਹੈ ਫਿਰ ਤਾਂ ਗੱਲ ਚੱਲ ਉਹ ਵੇਲੇ ਬੈਠ ਕੇ ਗੱਲ ਕਰਦੇ ਹਾਂ ਇੱਥੇ ਹੀ ਕਰ ਲਓ ਕੋਈ ਗੱਲ ਨਹੀਂ ਹਾਂ ਫਿਰ ਗੱਲਾਂ ਚੱਲ ਆ ਜੀ ਨੰਮੀ ਕਰਦਾ ਫਿਰ ਕਿੰਨੇ ਰੋਂਦੇ ਨੇ ਕੀ ਹੋਇਆ ਬਿਨੇ ਆ ਜਾਂਦੇ ਕਹਿੰਦਾ ਮੈਂ ਘਟੀ ਜੀ ਨਾ ਮੈਂ ਟਰੈਕਟਰ ਤੇ ਆਉਂਗਾ ਕਿਉਂਕਿ ਉਹਨੂੰ ਸ਼ੌਂਕ ਸੀਗਾ ਕੰਮ ਉਹ ਘੱਟ ਕਰਦਾ ਟਰੈਕਟਰ ਦਾ ਰੋ ਜੋ ਦਵਾੜ ਬਲਸ ਹੁੰਦਾ ਸੀ ਉਹਨੂੰ ਉਹ ਮਿਲਦਾ ਸੀ ਨਾ ਇੱਕ એનર્ਜੀ ਮਿਲਦੀ ਸੀ ਬਾਈ ਨੂੰ 911 ਬੰਦ ਹੋ ਗਈ ਸੀ ਨਾਟਕੀ ਹਾਂ ਠੀਕ ਹੈ ਪਰ ਉਹ ਬੰਦੇ ਨੇ 911 ਜਦੋਂ ਦਾ ਸੀ ਉਹ 911 ਨਾਰਕ ਕਰਦਾ ਪਰ ਐਵੇਂ ਨਹੀਂ ਕੋਈ ਔਰ ਜ਼ੋਰਚ ਵੀ ਨਹੀਂ ਚੀਫ ਪ੍ਰਾਨ ਜ਼ਰੂਰ ਆ ਪਰ ਇੰਚ ਨਾਲ ਦਾ 911 ਰਹਿ ਚਦਾ ਬਦਲ ਕੇ ਯਾਰ ਅਜਿਹਾ ਬਿਲਕੁਲ ਨਾਟਕਰ ਇੰਡਸਟਰੀ ਕਰਤੀ ਤਿਆਰ ਕਰ ਕਰਕੇ ਵੇਚੀ ਜਾਂਦੇ ਤਿਆਰ ਕਰਕੇ ਉੱਥੇ ਪਹੁੰਚਦੇ ਆ ਵੀ ਸਿੱਧੂ ਰੜੀਂਦੋਂ ਹੋਂਦੇ ਆ ਤਾਂ ਤਿਆਰ ਪ੍ਰਾਕਟ ਆਟਮ ਮਿਲ ਕੇ ਇੱਕ ਦੀ ਬਪੂਆ ਡੇਟ ਲੈਂਦਾ ਹੱਥ ਰੱਖੋ ਟਰੈਕਟਰ ਤੇ ਪਰ ਬਸ ਇਹ ਬਹੁਤ ਯਾਰ ਸੋਚਣ ਵਾਲੀ ਗੱਲ ਆ ਪਰ ਇਹੋ ਜੀ ਦਾ ਘਾਟਾ ਇਹੋ ਖਾ ਗਿਆ ਤਾਂ ਪੰਜਾਬ ਚ ਜੇ ਕੋਈ ਚਾਰ ਛਿਲੜਾਉਣ ਲੱਗੇ ਨਾ ਕਿਸੇ ਚੰਗੀ ਤਰੱਕੀ ਹੋ ਗਈ ਮਾੜੇਗਾ ਉਹਨੇ ਬਹੁਤ ਸਟਰਗਲ ਕੀਤਾ ਕਰਨ ਉਹ ਬਿਲਕੁਲ ਮਾਂ ਪੇਣੀ ਉਹਦੇ ਵਿਚਾਰੇ ਪਰ ਆਪ ਦੀ ਜਗ੍ਹਾ ਸਹੀ ਆ ਪਰ ਥੋੜਾ ਇਹ ਨਾ ਜਿਆਦਾ ਸੀਗੇ ਅਸੀਂ ਗਾਇਸੀ ਮਿਲਣ ਗਏ ਸੀ ਹோம் ਲੈਟ ਤੋਂ ਨਿਕਲੇ ਸੀ ਦੋ ਫੋਰਚਨਸ ਸਿਕਰੇਟਾ ਗੱਟੀ ਸੀ ਪੁਲਿਸੀ ਉਹਨਾਂ ਨਾਲ ਤੇ ਨਹੀਂ ਮਿਲਣੇ ਦਿੱਤਾ ਗੱਡੀ ਆਊਟ ਜਿਹੜੀ ਗੱਡੀ ਗੱਡੇ ਅੰਦਰ ਵਰਦੇ ਨਾ ਗੱਡੀ ਫੋਮ ਲੈਂਡ ਚੋਂ ਉਹ ਚੋਂ ਨਹੀਂ ਗੱਡੇ ਦੂਜੇ ਗੇਟ ਚੋਂ ਕਰਦੇ ਹਾਂ ਪਰ ਇਹਨਾਂ ਨੇ ਉਸੇ ਜੀ ਗੱਡੇ ਇਸ ਦੂਜੇ ਗੇਟ ਤੇ ਜਾਣਗੇ ਅੱਛਾ ਅੱਛਾ ਫਿਰ ਮੈਂ ਕਹਿੰਦਾ ਨਹੀਂ ਯਾਰ ਉਹ ਦਾ ਨੇਚਰ ਬਹੁਤ ਆ ਸਿੱਧੂ ਦਾ ਸਤੂ ਮੂਸੇ ਦਾ ਨੇਚਰ ਨਾ ਹੋ ਸਕਿਆ ਨਾ ਜਿਵੇਂ ਕਰਨੋਜਲਾ ਬਾਈ ਦੇ ਨਾਲ ਇੰਨੀ ਸਿਕਿਉਰਿਟੀ ਸੀ ਹਣਾ ਤਾਂ ਉਹ ਇੱਕ ਉਹਨਾਂ ਦੇ ਲਈ ਵੀ ਫਾਇਦੇ ਵਾਲੀ ਗੱਲ ਆ ਕਿਉਂਕਿ ਆਪਣੀ ਇੰਡਸਟਰੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਬੰਦੇ ਤਾਂ ਕਿਹ ਮਿਲ ਰਹੀਆਂ ਉਹ ਹਰਦਾ ਸੀ ਕਿ ਮੈਂ ਇਕੱਲਾ- ਇਕੱਲਾ ਹੁਸ਼ ਵੀ ਨਹੀਂ ਹਣਾ ਤੇ ਇਹ ਹੁਣ ਆਪਾਂ ਵੀ ਚਾਹੁੰਦੇ ਆਂ ਵੀ ਇੰਡਸਟ ਦਾ ਪਰ ਜਿਹੜੀ ਨੇਚਰ ਵਾਲੀ ਗੱਲ ਗੀ ਆ ਹਾਂ ਹਾਂ ਨੇਚ ਅਸਰ ਪੈਂਦਾ ਉਹ ਤਾਂ ਸਭ ਦਾ ਵੱਖ-ਵੱਖ ਹੁੰਦਾ ਸਿੱਧੂ ਨੇ ਨਾਰਮਲ ਬੰਦੇ ਨੂੰ ਵੀਡੀਓ ਦੇਖੀ ਐ ਨਿੱਕਰ ਚੋ ਪਿਆਰ ਤਾਂ ਜਾਂਦਾ ਤੇ ਕੁੜੀ ਨੂੰ ਸ਼ਗਨ ਦੇ ਰਿਹਾ ਚੀ ਆਂਦਾ ਪਿੰਡ ਚ ਇੱਕ ਛੱਪੜਾ ਹੁੰਸੇ ਉਹਦੇ ਇੱਕ ਮੰਜੜਾ ਕੇ ਬਾਪੂ ਬੈਠਾ ਹੁੰਦਾ ਉਹਨੇ ਜਿੱਥੇ ਵੀ ਜਾਣਾ ਸ਼ੋਅ ਤੇ ਜਾਣਾ ਕਿਤੇ ਵੀ ਉਹ ਬਾਪੂ ਨੇ ਮਿਲ ਕੇ ਜਾਣਾ ਮਿਲ ਕੇ ਸਹੀ ਗੱਲ ਤੇ ਉਹ ਬਾਪੂ ਨੇ ਰੋ ਰਿਆ ਰੋਈ ਵੀਡੀਓ ਮੈਂਦੀ ਬਾਪੂ ਦੀ ਕਿ ਮੈਂ ਮੇਰੀ ਉਮਰ ਜਾਣਦੀ ਸੀ ਉਹ ਬੰਪੂ ਕਹੀ ਜਾਂਦਾ ਕਹਿੰਦਾ ਮੇਰਾ ਟਾਈਮ ਸੀ ਆ ਤੇ ਜਾਣਦੇ ਇਹ ਆਪਣੇ ਪਿੰਡ ਦੇ ਬੱਚਾ ਬੱਚਾ ਰੋਂਦਾ ਸਾਰੇ ਪੰਜਾਬ ਦਾ ਕਿਉਂਕਿ ਉਹ ਪਿਆਰ ਸੀ ਉਹਦਾ ਸਾਰਾ ਨਾ ਉਹ ਗੱਲ ਬਾਤ ਹੀ ਹੋਰ ਸੀ ਯਾਰ ਉਹਦਾ ਕੁਝ ਕਹਿ ਹੀ ਨਹੀਂ ਸਕਦੇ ਆਪਾਂ ਜਿੰਨਾ ਆਪਾਂ ਨੂੰ ਪਤਾ ਆਪਾਂ ਦੱਸਤਾ ਉਹ ਤੋਂ ਵੱਧ ਨਹੀਂ ਦੱਸ ਸਕਦੇ ਕਿਉਂਕਿ ਉਹ ਬਹੁਤ ਉੱਚੇ ਲੈਵਲ ਦਾ ਹੀ ਪਰ ਉਹ ਆਪਦੇ ਆਪ ਨੂੰ ਖੁਦ ਨਹੀਂ ਸਮਝਦਾ ਸੀ ਹਾਂ ਕਿਉਂਕਿ ਉਹਨੇ ਜੋ ਵੀ ਕੀਤਾ ਸਾਰਾ ਕੋ ਸਟਰਗਲ ਕੀਤਾ ਉਹ ਇੱਕ ਸਿੱਧੂ ਇੱਕ ਬ੍ਰਾਂਡ ਸੀ ਬਿਲਕੁਲ ਸਹੀ ਆ ਉਹ ਬ੍ਰਾਂਡ ਬਣ ਜਾਂਦਾ ਬਣਾਉਂਦਾ ਹੀ ਰੇਕ ਚੀਜ਼ ਹਮਮ ਹੁਣ ਇੰਡਸਟਰੀ ਚ ਇਹੋ ਜਿਹੇ ਬੰਦੇ ਆ ਜਿਨ੍ਹਾਂ ਤੇ ਉਹਨੇ ਮੜਾਇਆ ਸਿਰ ਆਥੀ ਰੱਖਿਆ ਸੱਫਤੇ ਹਾਂ ਉਹ ਆਪਣਾ ਕਹਿੰਦਾ ਕਹਿੰਦਾ ਵੀ ਨਹੀਂ ਆਪਣੇ ਆਪ ਨੂੰ ਕਿ ਮੈਂ ਇਹ ਖੜੇ ਕੀਤੇ ਆਪਦੇ ਪੈਰਾਂ ਹਾਂ ਨਹੀਂ ਸਿੰਗਲ ਕੋਲ ਪੈਂਦੇ ਆ ਕਾਫੀ ਸਿੰਗਰਾ ਟੈਸਟ ਹੋ ਗਏ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੇ ਕੰਮ ਕਰਕੇ ਉਹ ਬੰਦੇ ਅੱਜ ਬਹੁਤ ਉੱਚੀਆਂ ਛਾਈਆਂ ਬੈਠੇ ਆ ਬਹੁਤ ਨਾਂ ਨਹੀਂ ਲੈਣੇ ਚਾਹੀਦੇ ਇੱਕੋ ਵੇ ਦਾ ਨਾਂ ਲੈਦੇ ਬੰਦਾ ਸਵੈਸਤੀ ਬਹੁਤ ਹੈ ਜਿਨ੍ਹਾਂ ਜਿਨ੍ਹਾਂ ਸਿੱਧੂ ਕਰਕੇ ਬ੍ਰਾਂਡ ਬਣਿਆ ਅੱਜ ਨਾਮ ਬਣਿਆ ਚੰਗੀਆਂ ਗੱਡੀਆਂ ਚੰਗਾ ਪੈਸਾ ਚੰਗਾ ਕੰਪਨੀਆਂ ਕੋਲੀ ਬੈਠੇ ਚੰਗਾ ਪਰ ਉਹ ਪੈਰ ਪਿੱਛੇ ਵਟ ਗਏ ਅ ਕਾ ਸਾਡੇ ਦਾ ਪਰਿਵਾਰ ਹੈ ਕਹਿੰਦੇ ਡਰ ਲੱਗਦਾ ਸਾਨੂੰ ਪਰਿਵਾਰ ਜਦੋਂ ਫਿਰ ਸਿੱਤੂ ਸੀ ਉਹ ਤੋਂ ਤਾਂ ਪਰ ਉਹ ਤੋਂ ਕਹਿਣਾ ਸੀ ਨਾ ਪਰਿਵਾਰ ਅਸਨ ਉਹ ਤੋਂ ਫੇਮ ਲੈਣ ਲਈ ਫੇਮਸ ਹੋ ਗਿਆ ਚੜ ਗਏ ਗੱਡੀਆਂ ਅੱਜ ਉਹ ਇੰਸਟਾ ਦੇ ਫੇਮਸ ਹੈ ਸਾਰੇ ਪਾਪਾਉਂਦੇ ਕਿ ਸਾਡਾ ਪਰਿਵਾਰ ਅਸਨ ਡਰ ਲੱਗਦਾ ਜਿਵੇਂ ਘਰ ਹੁੰਦਾ ਇੱਕ ਚਾਰ ਥੰਮਾਂ ਦੇ ਚਾਰ ਨੁਕ ਘਰ ਨੂੰ 바ਗੇ ਤੈਨ ਥੰਮ ਦੇਖ ਬਣੇ ਕਰਾਏ ਜੀ ਤੇ ਉਹ ਕਦਮ ਮਰਜੀ ਦੇਖ ਸਕਦਾ ਹਾਂ ਉਹ ਘਰਾਂ ਦਾ ਟੈਂਚ ਰਹਿੰਦੀ ਹੈ ਉਹ ਚੀਜ਼ ਹੈ ਉਹ ਬਾਪੂ ਦਾ ਵਿਚਾਰਾ ਸਾਰਾ ਕੁ ਉਹ ਬਰਵਾਦ ਹੋ ਗਿਆ ਕੋ ਪਿੱਛੇ ਬੇਬੇ ਬਾਪੂ ਪਤਾ ਨਹੀਂ ਕਿਹੜੇ ਸਾਲਾਂ ਜੀਰੇ ਵਾਹਿਗੁਰੂ ਕਿਰਪਾ ਬਣਾਈ ਰੱਖੇ ਵਿਚਾਰੇ ਬਰਾ ਬਾਪੂ ਸੰਵੀਦਾਰ ਆ ਫੋਰਚੂਰ ਰਟਾਇਰ ਫਾਇਰ ਵਗੈਰਾ ਤੋਂ ਉਹਨਾਂ ਨੂੰ ਉਹ ਚੇਂਜਸ ਸੰਭਾਲ ਲੈ ਸੰਭਾਲ ਰਿਹਾ ਹਜੇ ਉਹਦਾ ਤਾਂ ਨਹੀਂ ਬਈ ਹੱਲਾ ਕਹਿੰਦਾ ਮੈਂ ਵੀ ਇਥੋਂ ਕੀ ਕਰਾਂ ਦਿੰਨੀਆਂ ਤੇ ਸਾਰਾ ਕੁਤਰ ਗਿਆ ਵਾਇਕਰੂ ਨੇ ਕਟੀਆਂ ਆਉਣੂ ਤੇ ਕੱਟੀ ਕੋਈ ਇਹੋ ਜਿਹੀ ਨਹੀਂ ਮਹਿੰਗੀ ਤੋਂ ਮਹਿੰਗੀ ਜਿਹੜੀ ਉਹ ਘਰੇ ਨਾ ਰੱਖਣੀ ਹੋਵੇ ਪੈਸਾ ਸਭ ਕੁਝ ਇੱਜ਼ਤ ਸਾਬ ਤੋਂ ਪਹਿਲਾਂ ਇੱਜ਼ਤ ਹੁੰਦੀ ਹੈ ਹਾਲਾਂਕਿ ਗਰਗੋਲੀ ਪੈਸਾ ਦਾ ਗਰਗੋਲੀ ਵੋਸਾ ਇਹਨਾਂ ਬੰਦਾ ਟੈਕਸ ਭਰਦਾ ਹੀ ਉਹ ਬੰਦਾ ਮਿਹਨਤ ਕਿੰਨੇ ਪੈਸੇ ਲੰਦਾ ਈ ਸ਼ੋਹ ਦੇ ਸ਼ੋਹ ਬੋਲ ਲੱਗਦੇ ਸੀਗੇ ਸਾਰੀ ਇੰਡਸਟਰੀ ਲੱਗਨ ਲੱਗੀ ਯਾਰ ਜਦੋਂ ਇਹ ਆ ਰਿਹਾ ਬਾਰੋਂ ਇਥੇ ਪੰਜਾਬ ਬਾਰੇ ਸੀ ਤਾਂ ਆਉਂਦੇ ਆਉਂਦੇ ਬੁੱਕ 19 ਸ਼ੋਅ ਬੁੱਕ ਹੋ ਗਏ ਸੀ ਉਹਦੇ 19 ਸ਼ੋਅ ਸੀਗੇ ਅੱਛਾ ਤੇ ਇਹ ਕਲਾਕਾਰਾਂ ਨੂੰ ਪਤਾ ਲੱਗਿਆ ਸੀ ਕਿ 19 ਸ਼ੋਅ ਬੁੱਕ ਹੋ ਗਏ ਯਾਰ ਵੀ ਸਾਡਾ ਕੰਮ ਹੋ ਗਿਆ ਲੱਗਦਾ ਪਿਛ ਦਾ ਇੱਕ ਅੱਧਾ ਸਿੰਗਰ ਦਾ ਸ਼ੋਅ ਆਉਂਦਾ ਪਾਕਿਸਤਾਨ ਚੋਂ ਵੀ ਉੱਪਰ ਸੀ ਹਾਂ ਤੇ ਸਾਲ 6 ਮਹੀਨੇ ਜੱਕ ਦਾ ਸ਼ੋਅ ਮਿਲਦਾ ਇਹਨਾਂ ਨੂੰ ਹਾਂ ਮਸਾਂ ਫਿਰ ਉਹ ਗਏ 19 ਸ਼ੋਅ ਫਿਰ ਅੰਤਰਰਾਸ਼ਟਰੀ ਇਕੱਠੀ ਕੋਈ ਹੈ ਸਾਰਾ ਤਾਂ ਇਹਦਾ ਸਾਫ਼ ਨਹੀਂ ਮਿਲਦਾ ਇਨਸਾਫ਼ ਨਾਲ ਜਿਹਦਾ ਬਹੁਤ ਕੁਝ ਨਿਕਲਣਾ ਅੰਦਰ ਫਿਰ ਇਹ ਜਿਹੜਾ 19 ਹੋਏ ਇੱਕ ਬੰਦਾ ਲੈ ਗਿਆ ਤਾਂ ਸਾਡਾ ਦਾ ਖੋਜੇ ਲਾ ਦੂਗਾ ਫਿਰ ਇਹਨਾਂ ਨੇ ਸੋਚਿਆ ਇਦਾਂ ਦਾ ਮੈਂ ਸ਼ੋਹ ਚ ਲੋਕ ਬਹੁਤ ਪਿਆਰ ਕਰਦੇ ਬਹੁਤ ਉਹ ਆਏ ਬਾਪੂ ਦੀ ਸੋਚ ਥੋੜੀ ਲੰਮੀ ਹੈ ਹਾਂ ਉਹ ਤੁਹਾਨੂੰ ਪਤਾ ਹੈ ਉਹ ਸੋਚਦਾ ਗਿਆ ਨੁਕਸਾਨ ਆਉ ਜੀ ਜੇ ਅੱਜ ਕੁਝ ਵੀ ਕਰਨਾ ਤਾਂ ਕੁਝ ਵੀ ਕਰ ਸਕਦੇ ਆ ਕਿਉਂਕਿ ਪੰਜਾਬ ਦੇ ਲੋਕ ਸਾਰੇ ਨਾਲ ਖੜੇ ਨੇ ਕੋਈ ਵੀ ਖਬਰ ਵਾਇਰਲ ਹੁੰਦੀ ਹੈ ਕੋਈ ਇਦਾਂ ਨਹੀਂ ਸਰਕਾਰ ਨੂੰ ਬਦਲ ਲੱਗਦਾ ਸਰਕਾਰ ਪੱਜ ਗਈ ਜਾਂਦੀ ਹੈ ਪਰ ਜਿਹੜਾ ਐਡਾ ਮੁੱਦਾ ਹੈ ਭਕਿਆ ਹੋਇਆ ਇਹਦਾ ਜੇ ਅੱਖਾਂ ਵਿੱਚ ਜੇ ਸੌ ਜਾਣ ਤਾਂ ਵੀ ਅੱਖਾਂ ਮੁਰੇ ਆਉਂਦੇ ਕਿ ਆਡੇ ਲੋਕ ਜੜੇ ਹੋਏ ਐ ਨਵੇਂ ਯਾਰ ਕਰਦੇ ਐ ਮੀਆਂ ਲਾਤੀਓ ਬੰਦੇ ਨੇ ਨਹੀਂ ਇੱਥੇ ਲੋਕਾਂ ਨੂੰ 60-60 ਸਾਲ ਲੱਗ ਜਾਂਦੀ ਹਾਂ ਫਿਲਮਾਂ ਡਾਇਰੈਕਟਰ ਲਿਖਦਾ ਕੋਈ ਕੋਸ਼ ਉਹ ਜਿਹੜੇ ਸਿੰਗਰਾਂ ਦੀ ਅੱਜ ਸਿੰਗਰਾਂ ਆ ਤੇ ਆਪ ਨੂੰ ਕਹਿੰਦੇ ਸਾਡੇ ਚੜਾਈ ਉਹਨਾਂ ਦੀ ਫੋਰਚੂਨਰ ਚ ਲਈ ਹਾਂ ਹਾਂ ਸੇ ਜਾਂਦੀ ਹੁੰਦੀ ਲੋਕ ਮੱਥੇ ਟੇਕਦੇ ਬਈ ਫੋਰਚੂਨਰ ਤੇ ਤੁਸੀਂ ਮੈਨੂੰ ਦੱਸਿਆ ਸੀਗਾ ਪਿਛਲੀ ਵਾਰ ਵੀ ਹੋਮਲੈਂਡ ਚ ਬਾਈ ਗਿਆ ਸੀਗਾ ਸ਼ਾਇਦ ਸਾਹਮਣੇ ਹੀ ਖੜਾ ਰਿਹਾ ਸੀ ਹਾਂ ਨਾ ਅੱਗੇ ਨਹੀਂ ਗਿਆ ਉਹ ਕੀ ਕਿੱਸਾ ਹੋਇਆ ਸੀ ਉਹਦੇ ਬਾਰੇ ਦੱਸੋ ਉਹ ਕੋਈ ਸ਼ੂਟ ਸ਼ਾਟ ਕਰਕੇ ਆਏ ਸੀ ਇਧਰੋਂ ਚੰਟੀਗੜ੍ਹ ਵਾਲੀ ਸਾਈਡ ਤੋਂ ਅੱਛਾ ਉੱਥੇ ਜਿੰਨੇ ਰਹਿੰਦੇ ਸ ਸੱਦੋਂ ਜਿਆਦਾ ਇੰਗਲ ਨਵਸ ਪਰ ਉਹਨੇ ਪਿੰਡ ਹਵੇਲੀ ਪਈ ਪਿੰਡ ਫਾਰਮਲੈਂਡ ਬੜਾ ਉਹਦੇ ਲਈ ਤਾਂ ਉਹ ਹੀ ਸਭ ਕੁਝ ਉਹ ਹੀ ਜਿਆ ਪੀ ਪਾ ਪੁਕੋਲੇ ਖੁੱਲੀ ਡੁੱਲੀ ਹਵਾ ਸਭ ਕੁਝ ਹਾਂ ਇੱਥੇ ਸੋਸਾਇਟੀ ਸਿੰਘ ਰਹਿੰਦੇ ਸੀ ਆ ਠੋਕਾ ਭੀ ਬੰਦੇ ਨਾਲ ਉਹਨਾਂ ਨਾਲ ਜਨਨ ਨਾਲ ਠੋਖਾ ਕੀਤਾ ਜਾਂ ਬੁਖਾਰ ਖਾਂਦੇ ਸੀ ਜਾਂ ਉਹਨੂੰ ਕੁਝ ਵੀ ਕਰਾਉਣਾ ਚਾਹੁੰਦੇ ਸੀ ਤਾਂ ਉਹ ਫਾਰਮਲੈਂਡ ਦੇ ਜਿੰਦੇ ਸਾਰੇ ਪਰ ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਪਹਿਲੇ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਠੀਕ ਨਹੀਂ ਫਾਰਮਲੈਂਡ 'ਚ ਫੋਨ ਕੀਤਾ ਕਿਸੇ ਨੇ ਕਹਿੰਦਾ ਭਾਈ ਉੱਪਰ ਆਜੋ ਫਾਰਮਲੈਂਡ 'ਚ ਉਹ ਕਹਿੰਦਾ ਭਾਈ ਉੱਪਰ ਨਹੀਂ ਤੁਸੀਂ ਹੱਲੇ ਆਇਆ ਹਾਂ ਮੇਰਾ ਬਰਾਦਰ ਸੁਆਣ ਜਿਹੜਾ ਉਹ ਉਧਰ ਕੰਮ ਤੋਂ ਆਇਆ ਸੀ ਜੌਬ ਤੋਂ ਅੱਛਾ ਤੇ ਉਹ ਖੜਾ ਸੀ ਆ ਉੱਥੇ ਤੇ ਉਹਨੇ ਦੇਖ ਲਿਆ ਕਹਿੰਦਾ ਰਸ ਸਿੱਧੂ ਮਨਣਾ ਨਹੀਂ ਬਾਈ ਤੁਸੀਂ ਨਾਰਮਲ ਚਿੱਟਾ ਘੁੱਟਦਾ ਐ ਪਰ ਮੁੱਕਾ ਜਿਵੇਂ ਆਪਾਂ ਮਿੱਟੀ ਨਹੀਂ ਉਲ ਦਿੰਦੀ ਹਾਂ ਹਾਂ ਚੁੱਟਾ ਨਾਰਮਲ ਸਸਤਾ ਹੋਊਗਾ ਜੇ ਕਹਿੰਦੇ ਆ ਨਾਰਮਲ ਘੁੱਟਦਾ ਟੈਡੀ ਭਾਗ ਜੇ ਥੱਕਿਆ ਨਹੀਂ ਦਿੰਦਾ ਐਵੇਂ ਸੀਗਾ ਨਾਰਮਲ ਜਿਹਾ ਕੋਈ ਕਰਨ ਸਾਈਡ ਤੇ ਸੀਗੇ ਸਾਰੇ ਤੇ ਐ ਪਰ ਨਾਲੜੇ ਤੇ ਐ ਖੜਾ ਜਿਵੇਂ ਪਰ ਇੱਤੇ ਜਾ ਐ ਖੜੇ ਲੈਣਾ ਨਾ ਐ ਖੜਾ ਭਰੋ ਸਾਡਾ ਬੰਦਾ ਵੀ ਪੁਰਾਣੇ ਚੋਟੀ ਦੇ ਸੀਗਾ ਉਹ ਦੇ ਕੀ ਕਰ ਬਾਈ ਯਾਰ ਬਾਈ ਹੈ ਬਾਈ ਉਹ ਬੋਕ ਬਾਈ ਜੰਨਾ ਬਾਈ ਉਹਨਾਂ ਮਿਲ ਕੇ ਜਾਣਾ ਹੈ ਇਹ ਟਾਈਮ ਹੈਗਾ 6:10 10:30 ਦਾ 11:00 ਵਜੇ ਦਾ ਉਹ ਫੋਮੂਲੈਂਟ ਕੋਲ ਖੜਾ ਰਿਹਾ ਉੱਥੇ ਉਹ ਬੰਦਾ ਕਹਿੰਦਾ ਉਹ ਵੀ ਹੈ ਉਹਨੇ ਮੁੱਕਬਲੇ ਠੀਕ ਰੱਖਿਆ ਉਹ ਹੁਣ ਕਿਵੇਂ ਕਹੇ ਕਿ ਮੈਂ ਜਾਵਾਂ ਫੋਟੋ ਕਰਾਂ ਹਾਂ ਉਹਨੂੰ ਕਨਫਰਮ ਕਰਨਾ ਸੀ ਉਹਨੇ ਉਹਨੇ ਤਾਂ ਮੁੱਕਾ ਲਾਇਆ ਸਾਈਡ ਤੇ ਜਾ ਕੇ ਉਹ ਤੁਰੰਦਾ ਵੀ ਤਰੀਕਾ ਦੇ ਫਰੰਟ ਜਿਹਾ ਸੀਗਾ ਫਿਰ ਉਹਨੇ ਫੋਨ ਕੀਤਾ ਉੱਪਰ ਹੋਮ ਲੈਂਡ 'ਚ ਉਹ ਕਹਿੰਦਾ ਭਾਈ ਉੱਪਰ ਆ ਯੋਗਨ ਉੱਪਰ ਨਹੀਂ ਆ ਸਕਦਾ ਮੈਂ نیچے ਆਜਾਂ ਤੁਸੀਂ ਹਾਂ ਕਹਿੰਦਾ ਭਾਈ ਆਜੋ ਨਹੀਂ ਨਹੀਂ ਕਹਿੰਦਾ ਭਾਈ نیچے ਆਜੋ ਮੈਂ ਜਾਣਾ ਲੇਟ ਹੋ ਰਿਹਾ ਹਾਂ 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 ਕਿਉਂਕਿ ਉਹ ਬੰਦੇ ਨੂੰ ਕੰਮ ਸੀ ਉੱਪਰ ਆ ਲੈਣ ਸਿੱਧੂ ਨੂੰ ਗਮ ਨਹੀਂ ਜਿਓ ਸਿੱਧੂ ਨੂੰ ਗਮ ਹੁੰਦਾ ਉਸਾਰਾ ਕਰ ਕਰ ਉਹ ਕਹਿੰਦਾ ਪਰ ਥੱਲੇ ਕਹਿੰਦਾ ਉੱਪਰ ਨਹੀਂ ਆਉਂਦਾ ਮੈਂ ਥੱਲੇ ਤੱਕ ਕੰਟਾ ਖਲਾਰ ਲੈ ਹਾਂ ਕਿਉਂਕਿ ਹੋਮ ਲੈਂਡ ਚ ਉਹਨੂੰ ਪਤਾ ਸੀ ਜਦੋਂ ਨਾਲ ਧੋਕੇ ਹੋਏ ਜਾਂ ਹੋਣੇ ਆ ਜਾਂ ਬੰਦੇ ਉਹਨਾਂ ਜਿਹੜੇ ਖਾਰਖਾਨੇ 'ਚ ਹੋ ਰਹੇ ਨੇ ਰਹਿੰਦੇ ਉਹ ਜਾਣਾ ਨਹੀਂ ਚਾਹੁੰਦਾ ਸੀ ਫਿਰ ਉਹ ਬੰਦਾ ਪਤਾ ਨਹੀਂ ਥੱਲੇ ਆਇਆ ਕਿ ਨਹੀਂ ਮਿਲਿਆ ਮੇਰੇ ਮਿੱਤਰ ਜਿਹ ਨੇ ਮੈਂ ਤੇ ਸਿਮਨ ਨੇ ਨਾਲੇ ਫੋਟੋ ਤਾਂ ਮਨ ਅਸੀਂ ਜਿਵੇਂ ਨਾਰਮਲ ਫੋਟੋ ਬੰਦੇ ਅੱਛਾ ਇਹ ਉਸ ਟਾਈਮ ਦੀ ਫੋਟੋ ਹੈ ਬਾਈ ਦੇਖ ਲੋ ਰੱਖਨੇ ਆਪਾਂ ਨਾਰਮਲ ਜਿਹੜਾ ਲੈ ਲਈ ਹਾਂ ਬਿਲਕੁਲ ਪਰਦਰ ਮੇਰਾ ਖੜਾ ਰਿਹਾ ਤਾਂ ਪਰ ਨਾਲਿਆ ਉੱਥੇ ਖੜਾ ਫੋਟੋ ਕਰ ਲਈ ਉੱਥੋਂ ਮਿਲ ਕੇ ਜਾਵੜਿਆ ਫਿਰ ਉਹ ਕਹਿਣ ਲੱਗਿਆ ਕਿ ਉਹ ਮੇਰਾ ਬ੍ਰਦਰ ਕਰਕੇ ਫੋਟੋ ਨਾਲ ਹੀ ਖੜਾ ਰਿਹਾ ਉੱਥੇ ਉਹ ਦੱਸਦਾ ਜਿਵੇਂ ਹੁਣ ਦੱਸਿਆ ਮੈਨੂੰ ਮੈਂ ਤੁਹਾਨੂੰ ਦੱਸਣੀ ਮੇਰੇ ਫੋਨ ਵੀ ਕੀਤਾ ਕਹਿੰਦਾ ਯਾਰ ਬਾਈ ਆਇਆ ਹੋਇਆ ਹੌਨਲੈਂਡ ਕੋਲੇ ਮਗਾ ਮਾਂ ਮੈਂ ਆਵਾਂ ਪਰ ਮੈਂ ਦੂਰ ਸੀਗਾ ਥੋੜਾ ਕਿਤੇ ਮਗਾ ਮਾਂ ਕਹਿੰਦਾ ਉਹ ਦਿਨ ਤਾਂ ਚੱਲ ਜਾਣਾ ਉਹਨੇ ਅੱਛਾ ਨਾ ਖੜਾ ਹੀ ਜਾਂਦਾ ਬੈਠਾ ਹੋਵੇ ਨਾ ਉਹ ਉਥੇ ਬ੍ਰਸ਼ਟਾ ਵੀ ਕੈਫੇ ਵਗੈਰਾ ਬਣਿਆ ਹੈ ਨਾ ਫਿਰ ਤਾਂ ਟਾਈਮ ਲੱਗ ਜਾਂਦਾ ਖੜਾ ਜਾਂਦਾ ਜਾ ਕਦੋਂ ਮਰਜੀ ਜਾ ਸਕਦੇ ਮੈਂ ਚਲੋ ਠੀਕ ਹੈ ਤਰ ਜਾਣਾ ਹੁਣ ਉਹ ਬੰਦੇ ਜਿਹਨੇ ਹੌਮਲੈਂਡ ਤੋਂ ਲਿਆਏ ਬੈਲ ਨਾਈਟ ਤੇ ਉਹ ਮੈਨੂੰ ਕਿਹਾ ਆਜੋ ਬਾਈ ਫਰੈਂਟ ਤੇ ਬੈਠ ਕਹਿੰਦਾ ਨਹੀਂ ਨਹੀਂ ਜਾਣਾ ਕਹਿੰਦਾ ਰਾਤ ਰਹਿ ਜਾਓ ਕਿੱਧਰ ਅੱਧੀ ਰਾਤ ਦੇ ਹਾਂ ਕਹਿੰਦਾ ਤਾਂ 2 ਘੰਟੇ ਲਾਦਣਾ ਮਾਨਸਾ ਘੜਾ ਪੈਰਾ ਅੱਛਾ ਤੁਹਾਨੂੰ ਗੱਡੀਆਂ ਸ਼ੌਂਕ ਦੀ ਦੋਵਲਾਂ ਜਮ ਹਾਂ ਫਾਇਰ ਸੀ ਗੱਡੀਆਂ 'ਚ ਉਹਨੂੰ ਨਹੀਂ ਪਤਾ ਸੀ ਕਿ ਮੈਂ ਆਰਟਿਸਟ ਆ ਕੋਈ ਡਰਾਈਵਰ ਜਾਂ ਕੋਈ ਦਾਣਾ ਸੋ ਕੈਚ ਰਹਿ ਜੀ ਰਾਤ ਪਰ ਉਹਨੇ ਨਹੀਂ ਉਹ ਕਹਿੰਦਾ ਪੈਰਾ ਜ ਮਾਨਸਾ ਘੜਾ ਦੋ ਬਾਂ ਤੇ ਗੱਡੀ ਲਾਦਣੀ ਹੈ ਫਿਰ ਉੱਥੋਂ ਚੱਲ ਗਿਆ ਸੀ ਮੇਰਾ ਬ੍ਰਦਰ ਵੀ ਚੱਲ ਗਿਆ ਉਹਨੇ ਦੱਸਿਆ ਫਿਰ ਉੱਧਰ ਗੱਲ ਲੱਗੀ ਫਿਰ ਉਹਨੇ ਥੋੜੇ ਦਾ ਗਾਣਾ ਹੀ ਗਾੜਦਾ ਸੀਗਾ ਕਿ ਹਾਂ ਵੀ ਇਹ ਗੱਲ ਹੈ ਫਿਰ ਪਤਾ ਲੱ ਪਰ ਉਹਨੇ ਸੋਸਾਇਟੀ ਦਾ ਮਾਲਕ ਜਿਹੜਾ ਹੋਮਲੈਂਡ ਦਾ ਉਹਨੇ ਪਰਚਾ ਵੀ ਕੀਤਾ ਸੰਧੂ ਦੇ ਕੈਂਡੀਡੇਟ ਇਸ ਲਾਈਟਿੰਗ ਮੜਾ ਬੋਲਿਆ ਨਾ ਉਹ ਵੀ ਆਪਾਂ ਬੋਲ ਨਹੀਂ ਸਕਦੇ ਕਿਸੇ ਸੋਸਾਇਟੀ ਹਾਂ ਕਿਸੇ ਡਾਇਰੈਕਟ ਨਾਮ ਨਹੀਂ ਲੈ ਸਕਦੇ ਪਰ ਉਹਨੇ ਨਾਮ ਵੀ ਲਿਆ ਕੋਈ ਲੰਘਦਾ ਪਿੰਡੋਂ ਆਉਂਦਾ ਜਾਂ ਪਾਸ ਦੇ ਲੰਘਦਾ ਉਹ ਬਾਈਕ ਤੇ ਮੋਟਰਸਾਈਕਲ ਤੇ ਰੋਕੇ ਚਾਹ ਨਾਲ ਦਿਨਸ ਬਣਾ ਕੇ ਹੋਮਲੈਂਡ ਦੇ ਵਿੱਚ ਆਉਂਦੀ ਲੱਗੇ ਤੇ ਗਾਣਾ ਲਾਉਂਦੇ ਗਾਣਾ ਉਹੀ ਚੱਲਦਾ ਬਾਈ ਦਾ ਧੱਲੇ ਹੋਮਲੈਂਡ ਹਾਂ ਹੁਣ ਤਾਂ ਉਹ ਇੱਕ ਟ੍ਰੈਂਡ ਜਿਹਾ ਹੀ ਬਣ ਗਿਆ ਬਣ ਗਿਆ ਕੋਦ ਇੱਕ ਬੀਵੀ 65 ਮੋਹਰੀ ਹਾਂ ਮੋਹਾਲੀ ਦਾ ਇੰਨਾ ਫੇਮਸ ਕਰਤਾ ਇੰਨੇ ਗਾਣੇ ਚੱਲੇ ਲੋਕਾਂ ਦਾ ਪਿਆਰ ਇੰਨਾ ਪਿਆਰ ਲੋਕਾਂ ਦਾ ਇੰਨਾ ਮਿਲਣਾ ਯਾਰ ਬਹੁਤ ਵੱਡੀ ਗੱਲ ਹੈ ਕਾਲਪੁਰਖ ਵੱਲੋਂ ਉਪਰੋ ਕਿਰਪਾ ਜੀ ਬਈ ਉਹਦੀ ਹਾਂ ਬਸ਼ਾਕ ਜੀ ਦੇ 25 26 ਸਾਲ ਜੀ ਕੇ ਗਿਆ ਉਹ ਅੱਜ ਤਾਈਂ 2 3 4 5 ਸਾਲਾਂ ਜੋ ਡਰਸਟਰੀ ਹਲਾਤੀ ਉਹ ਬੱਬੂ ਮਾਨ ਵੀ ਇੱਕ ਬਹੁਤ ਵਧੀਆ ਆਰਟਿਸਟ ਹੈ ਪਰ ਸਮੇਂ ਦੇ ਨਾਲ ਸਭ ਬਦਲੇ ਜਾਂਦਾ ਹੈ ਉਹ ਆਪਦੇ ਟਾਈਮ ਦਾ ਜਿਹਨੂੰ ਜਿਹੜੇ ਹੁਣ ਚਾਹੁੰਦੇ ਆ ਉਹ ਵੀ ਵਧੀਆ ਸਾਰੇ ਵਧੀਆ ਸਿੱਧੂ ਮੂਹਣੂ ਕਿਉਂਕਿ ਇਹ ਸੰਤੂ ਤੇ ਬੱਬੂ ਮਾਨ ਦਾ ਤਾਂ ਕੋਈ ਵਿਰੋਧ ਹੀ ਨਹੀਂ ਸੀ ਆਪ ਚਾਹਨਾ ਇਹਦਾ ਬਸ ਲੋਕਾਂ ਨੇ ਹੀ ਬਣਾਇਆ ਹੋਇਆ ਸੀ ਇਹਦੇ ਕਈ ਬੰਦੇ ਵਿਰੋਧ ਕਰਦੇ ਹਨ ਉਹ ਬੋਲੀ ਕਿ ਗਾਣਾ ਤਾਂ ਸਿੱਧੂ ਆਪ ਦੇ ਲੈਵਲ ਦਾ ਹੈ ਜਿਹੜਾ ਸੁਣਦਾ ਹੀ ਬਿਚੋ ਕੋਈ ਨਾ ਹੋ ਲੈਣ। ਹਾਂ ਉਹ ਤਾਂ ਫਿਰ ਸੁਆਦੀ ਵੈਸੇ ਹੀ ਮੈਚ ਹੋ ਜਾਂਦੀ ਆ ਕੋਈ ਨਾ ਕੋਈ। ਉਦੋਂ ਬੱਬੂ ਮੰਗ ਦੀ ਚੱਕ ਲੈਣੀ ਹੀ ਨਾ ਆਦ ਨਾ ਤੋਂ ਉਹਨਾਂ ਨੂੰ ਐ ਉਹ ਤੇ ਗਾਲਤ ਗੱਲਾਂ ਨਾ ਇਦਾਂ। ਕੋਈ ਵੀ ਇਹ ਨਹੀਂ ਚਾਹੁੰਦਾ ਹੁੰਦਾ ਵੀ ਕੋਈ ਦੁਨੀਆ ਤੋਂ ਹੀ ਚਲਾ ਜਾਵੇ। ਵੈਸੇ ਤਾਂ ਸਟੋਰੀ ਬਾਈ ਸੀ ਪਿਆਰ ਰੁੱਖ ਵੀ ਕੀਤਾ ਪਰ ਲੋਕ ਬਰੋਸ ਜ਼ਿਆਦਾ ਕੰਮ ਆ ਕੇ ਨਾ ਕੋਸ਼ਿਸ਼ ਕੋਠੀ ਹਵੇਲੀ ਜਿਵੇਂ ਨਹੀਂ ਆਏ ਉੱਥੇ ਨਹੀਂ ਆਏਗਾ। ਨਾ ਹੀ ਆਏ ਕਿਉਂਕਿ ਲੋਕੋ ਫੈਨ ਜਿਹੜੇ ਫੈਨ ਹਨ ਨਾ ਤੇ ਭਰਾ ਕੁਝ ਵੀ ਕਰ ਸਕਦੇ ਆ। ਰਗਾ ਨਾਲ ਦੇਖਦ ਨੇ ਅਗੇ ਆਰਟਿਸਟ ਕੋਈ ਵੀ ਕਾਰਵਾਈ ਕਰ ਬੋਲ ਸਕਦਾ। ਕਾਨੂੰਨ ਨੜ ਪੈਂਦਾ ਨਾ। ਇਹ ਚੀਜ਼ ਹੈ। ਫਿਰ ਕਈ ਸੰਗਰਾ ਹੋਰਾਂ ਦਾ ਵੀ ਨਾਮ ਆਏ ਵਿੱਚ ਏਦਾਂ ਏਦਾਂ ਗੱਲਾਂ ਫਿਰ ਉਹ ਤੋਂ ਬਾਅਦ ਉਹਨਾਂ ਸਰਕਾਰ ਨੂੰ ਦੇਖਣਾ ਚਾਹੀਦਾ ਪਹਿਲੀ ਗੱਲ ਤਾਂ ਸਰਕਾਰ ਨੂੰ ਮਾਨ ਹੋਣਾ ਚਾਹੀਦਾ ਯਾਰਾ ਕਿ ਪੰਜਾਬ ਦਾ ਇੱਕ ਆਡਾ ਸਾਡਾ ਪੁੱਤ ਸਾਡਾ ਭਤੀਜਾ ਸਤੂ ਨੂੰ ਉਸੇ ਨਾਲੋਂ ਭਗਵੰਤ ਮੰਨੇ ਕਦੇ ਮਾੜਾ ਨਹੀਂ ਬੋਲਿਆ ਪੈਂ ਕਿੰਦਾ ਭਰਾ ਭਰਾ ਹਾਂ ਕਿ ਸਾਡਾ ਭਰਾ ਉਹਨੇ ਮੈਨੂੰ ਬੜਾ ਨਹੀਂ ਮੱਲੇ ਮੈਨੂੰ ਬੋਲਣੇ ਲਾਈਵ ਜੀ ਵਿੱਚ ਖਬਰਾਂ ਜਿੱਥੇ ਬਹੁਤ ਸਾਰੇ ਇਲੈਕਸ਼ਨ ਚੱਲਦੇ ਸੀਗੇ ਉਸ ਟਾਈਮ ਕਿਹਨੂੰ ਮਾੜਾ ਨਹੀਂ ਬੋਲਿਆ ਨੇ ਸੇਮਨ ਪਰ ਪੰਜਾਬ ਸਰਕਾਰ ਨੂੰ ਰਿਕੁਐਸਟ ਕਰ ਸਕਦੇ ਆ ਕਿ ਇਨਸਾਫ ਕਿਉਂ ਨਹੀਂ ਮਿਲ ਰਿਹਾ ਮੇਨ ਬੰਦੇ ਉਹ ਕਹਿੰਦੇ ਅਸੀਂ ਬੰਦੇ ਫੜ ਲ ਸਤਾਈ ਗੰਦੇ ਬੰਦੇ ਪਾਣੀ 26 ਘੰਟੇ ਤੀਕਾ ਦੇ ਕੇ ਹੰਦੇ ਬੰਦੇ ਫੜ ਲਏ ਗਏ ਨੇ ਉਹ ਮੇਨ ਬੰਦਾ ਖੜਿਆ ਨਹੀਂ ਤੇ ਇੱਕ ਪਿਸਟਲ ਤੇ ਬਾਈ ਦਾ ਫੋਨ ਸੀਗਾ ਉਹ ਕੋਰਟ ਨੇ ਲੈ ਲਿਆ ਸੀ ਉਸ ਟਾਈਮ ਤੇ ਜੋ ਐਕਸੀਡੈਂਟ ਵਾਈਜ਼ ਨਾ ਹੁਣ ਆ ਜਿਹਨਾਂ ਨੇ ਉਹ ਤੋਂ ਬਾਅਦ ਮੋੜਤਾ ਸੀਗਾ ਵਾਪਸ ਕਰਤਾ ਸੀ ਉਹਨਾਂ ਤੇ ਹੁਣ ਥੋੜਾ ਦੇਖੀ ਜਾਂਦੇ ਆ ਮਾਤਾ ਜੀ ਕੀ ਕਰਨਾ ਅੱਗੇ ਪ੍ਰੋਸੈਸ ਹੈ ਨਾ ਇੱਕ ਤਾਂ ਬਾਈ ਦਾ ਪਿਸਟਲ ਤੇ ਇੱਕ ਮੋਬਾਈਲ ਜਿਹੜਾ ਓਕੇ ਇੱਕ ਲੱਖ ਯਾਰ ਕੋਰਟ ਨੇ ਪਾਇਆ ਸੀ ਜੁਰਮਾਨਾ ਕਿ ਤੁਹ ਤੁਸੀਂ ਜੇ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ 5 ਲੱਖ ਫਿਰ ਉਹਦਾ ਪੈਸੇ ਲੈ ਕੇ ਫਿਰ ਉਹ ਫੋਨ ਲੈ ਰਹੇ ਸੀ ਇਹਨਾਂ ਨੇ ਪਿਸਤਲ ਬਾਬਾ ਲੈ ਸੀ ਲੋਕਾਂ ਦਾ ਪਿਆਰ ਐਂਡ ਆ ਬਣਾ ਗਿਆ ਵਾਹਿਗੁਰੂ ਦੀ ਕਿਰਪਾ ਅਕਾਲ ਪੁਰਖ ਦੀ ਬਾਪੂ ਦੇ ਬਾਪੂ ਜਿਵੇਂ ਚੱਲ ਰਿਹਾ ਉਹ ਚਲਾ ਰਿਹਾ ਉੱਪਰ ਨਾਲ ਕਿ ਇਹਦਾ ਨਾ ਗਾਇਡਾ ਜਿਵੇਂ ਕਹਿੰਦੇ ਆ ਬਸ ਹੁਣ ਤਾਂ ਆਪਾਂ ਇਹ ਕਹਿੰਦੇ ਆ ਵੀ ਉਹਨਾਂ ਦੀ ਸਿਹਤ ਵਧੀਆ ਰਹੇ ਹਨਾ ਉਹ ਲੋਕਾਂ ਦਾ ਪਿਆਰ ਆ ਹਾਂ ਸਿੱਧੂ ਦਾ ਸਿੱਧੂ ਦੇ ਜਿਹੜੇ ਪਿਆਰ ਚਾਹਣ ਵਾਲੇ ਬਾਪੂ ਵੀ ਅੱਜ ਤੋਂ ਬਾਅਦ ਪਿਆਰ ਕਰਦੇ ਹਨ ਬਿਲਕੁਲ ਉਹਦੇ ਜਿਹੜੇ ਗਾਰਡ ਐ ਉਹ ਪਿਛਲੇ ਵਾਰ ਵੀਡੀਓ ਦੇਖੀ ਤੁਸੀਂ ਹਾਂ ਦੇਖੇ ਉਹ ਬੰਦੇ ਤੇ ਯਾਰ ਐਨਾ ਮਤਲਬ ਉਹ ਐਨਾ ਆਪਣੀ ਡਿਊਟੀ ਪੂਰੀ ਨਿਭਾ ਰਿਹਾ ਪੂਰੀ ਵਾਕਈ ਯਾਰ ਨਹੀਂ ਤਾਂ ਡਿਊਟੀ ਨਾਰਮਲ ਅਗਲਾ ਕਹਿੰਦਾ ਸਕਿਉਰਿਟੀ ਤੇ ਹਰੇਕ ਕਰ ਲੈਂਦਾ ਹੈ ਕਿ ਬੰਦੂਕ ਲੈ ਕੇ ਆ ਖੜ ਜਾਂਦਾ ਪਰ ਉਹ ਬੰਦੇ ਦਾ ਯਾਰ ਬਈ ਦਾ ਕਰੇ ਯਾਰ ਬਈ ਰੈਂਟੀ ਧੁੱਪ ਸੀ ਢੀ ਸਾਰਾ ਦਿਨ ਜਾਂਦਾ ਬੰਦੇ ਨੂੰ ਕਹਿੰਦਾ ਧਾ ਘਟਾ ਘਟਾ ਮੇਰਰ ਕਰ ਲੋ ਆ ਉਹ ਜਿਹੜਾ ਲੋਕ ਸਾਰਾ ਦਿਨ ਬੰਦੇ ਨੇ ਧੌਣ ਰੱਖਣੀ ਯਾਰ ਨਿਸ਼ਾਨਾ ਦੇ ਲੋਕ ਤੇ ਇੱਕ ਗਾਣਾ ਹੋਉਂ ਸੀਗਾ ਖੈਪਣ ਨਾ ਤੁਛਦ ਰਿਆਂ ਨਾਲ ਉਹ ਗਾਣਾ ਸਿੱਧੂ ਬਈ ਦਾ ਉਹ ਕੈਂਪ ਨੂੰ ਦੇਣ ਲੱਗਿਆ ਸੀ ਕੈਂਪ ਵੀ ਰਾਜਪੁਰੀ ਐ ਅੱਛਾ ਉਹ ਕੈਂਪੀ ਰਾਏ ਪੁਰਾ ਟੱਕਰ ਐਸੀ ਉਥੇ ਨਾਲ ਅੱਛਾ ਉਹ ਕਹਿੰਦਾ ਬਈ ਇਹ ਤੁਹਾਡਾ ਗਾਣਾ ਤੇ ਤੁਹਾਡੇ ਦੀ ਜਾਇਦਾਦ ਆ ਅੱਛਾ ਐ ਨਹੀਂ ਕਹਿੰਦੇ ਤੁਸੀਂ ਮੈਨੂੰ ਗਾਣਾ ਦੀ ਨਾ ਮੈਂ ਕਹੂੰ ਹੰਕਾਰ ਕਰਨੇ ਕਿ ਬਈ ਮੈਂ ਨਹੀਂ गा ਸਕਦਾ ਤੇਰਾ ਹਾਂ ਹਾਂ ਤਾਂ ਨਹੀਂ ਨਹੀਂ ਬਈ ਤੁਹਾਡਾ ਗਾਣਾ ਹੈ ਹੰਕਾਰ ਉਹਸ ਮੇਰਾ ਸਹੀ ਤੋ ਦੇਖ ਲੈ ਕੰਧਾ ਬਈ ਯਾਰ ਚੱਲਦਾ ਦੋ ਵਜੇ ਨਾਲ ਇੱਕ ਤੂੰ ਗਾਣਾ ਇੰਨਾ ਖਤਰਨਾਕ ਦੇ ਦਿੱਤਾ ਇਹ ਬਾਈ ਸਿੱਧੂ ਨੇ ਦਿੱਤਾ ਸੀ ਗਾਣਾ ਉਹ ਕਹ ਰਿਹਾ ਕਿ ਤੂੰ ਗਾੜਾ ਮਿਲ ਗਿਆ ਵੇ ਅੱਛਾ ਅੱਛਾ ਵੇ ਸੁਣਾ ਤੂੰ ਬੰਨਾ ਹੁਣ ਤੇ ਉਹ ਕਹਿੰਦਾ ਬਈ ਇਹਦਾ ਮੇਰੇ ਲੋਟ ਆਉਣਾ ਗਾਣਾ ਦਾ ਮੈਂ ਗਾ ਦੂੰਗਾ ਪਰ ਲੋਕਾਂ ਨੇ ਕਹਿਣਾ ਯਾਰ ਆਫਤਾ ਹੈ ਨਾ ਪਰ ਇਹ ਗਾਣਾ ਤੁਸੀਂ ਝੋੜ ਪਰਬਾਈ ਤੇ ਜਸ਼ਦੇ ਵੀ ਸੀਗਾ ਹਾਂ ਦੇਖੋ ਪੱਗ ਬੰਨੀ ਦੇ ਇੱਕ ਟੋਟਾ ਬਈ ਪੂਰਾ ਤਾਂ ਪੂਰਾ ਸੀਗਾ ਕਣਾਈ ਤਰਤੀ ਗਾਣਾ ਗਾਣੇ ਤੋਂ ਉਹ ਤਾਂ ਮਿਲੀ ਨੂੰ ਕਰੋੜ ਆ ਜਗੇ ਉਹ ਫਿਰ ਮੈਂ ਲਾ ਲਈ ਗਲਤ ਗਾਣਾ تھا ਮੇ ਮਰੀਦੇ ਸਤੇ ਸਿੱਧੂ ਸਾਡਾ ਭਰਾ ਸਿੱਧੂ ਡਾਉਟ 2 ਅਰਥ ਸੀ ਸਿੱਧੂ ਸਾਨੂੰ ਕਨੇਡਾ ਮਿਲਿਆ ਸਿੱਧੂ ਨੂੰ ਅਸੀਂ ਗਿਆ ਸੀ ਬਹੁਤ ਸੁਣੇ ਗਾਣੇ ਇਸ ਤਰੇ ਸਰਾ ਕਰਾ ਰੱਖੀਏ ਤੂੰ ਬਣੇਗਾ ਕੁਛ ਨਾ ਕੁਛ ਤਰੱਕੀ ਕਰੇ ਇਹ ਉਹ ਤੇ ਪਰ ਇਹਦੇ ਬਜਾਏ ਨਾ ਜਿਹੜੇ ਸਿੰਗਰ ਆ ਬੈਂਤੀ ਸਾਰੇ ਸਿੰਗਰਾਂ ਨੂੰ ਚੰਡੀਗੜ੍ਹ ਮਹਾਲੀ ਚ ਬੈਠੇ ਜਿਹੜੇ ਬਾਹਰ ਵੀ ਬੈਠੇ ਹੋਏ ਤੇ ਬੰਦੇ ਜਾਣ ਉੱਥੇ ਬੇਬੇ ਆਪ ਨੂੰ ਮਿਲਣਾ ਕਰਨਾ ਕਰ ਨਾ ਕਰਨਾ ਕੁਛ ਇਹ ਕਰ ਵੀ ਆਪ ਨੂੰ ਮਿਲਣਾ ਉਹ ਦੱਸ ਦੇਣਗੇ ਕਿ ਕੀ ਕਰਨਾ ਨਾ ਬੇਬੇ ਬਾਪ ਨੂੰ ਹੌਸਲਾ ਆ ਜੂ ਕੋ ਬਹੁਤ ਗੁਪਤ ਹੈ ਤੇ ਲਗੇ ਜੀ ਦੀ ਭੋਖਣੀ ਸਭ ਕੁ ਦਿੱਤਾ ਕਾਲਪੁਰ ਕੋ ਨੇ ਕੇਹੇ ਚੀਜ਼ ਦੀ ਘਾੜ ਨਹੀਂ ਛੱਡੀ ਇੱਕ ਮੁੰਡਾ ਨਾ ਸਿੱਧੂ ਮਸੇਣਾਉ ਨਾਮ ਕਮਾਇਆ ਹਣਾ ਸਾਰੀ ਉਮਰ ਬੇਬੇ ਆਪੂ ਦੀ ਜਿਤ ਰਹਿਣੀ ਨਾਮ ਰਹਿਣਾ ਲੋਕਾਂ ਨੇ ਪਿਆਰ ਦੇ ਨਾਲ ਲੋਕ ਖੜਿਆ ਹੈ ਬਿਮਾਰ ਜ ਹਰੇਕ ਚੀਜ਼ ਨਾਲ ਖੜਿਆ ਉਹਨਾਂ ਦੇ